चंगा परजाई फेर आया जे जल्दी चंगा सत श्री अकाल। चल भी गुलाबो किन्ना खलारा पै गया भी रिश्तेदार घर आ जन से इन्ना खलारा पै जाता। जी सत श्री अकाल। मैं क्या जी गल्ला विद गुलाबो भी साडा बहुत स्वागत है। आ हुणे हुणे मेरे रिश्तेदार सीगे 2 दिन रह के गए ने पर घर दे विच इन्ना खलारा पै गया। गुलाबो कित्थों शुरुआत करे, इधर कपड़े पे, कपड़े भी धोण वाले, झाड़ू भी लाउण वाला, भांडे भी पे। इदां करदी आं कपड़े पहलां भिगो लैंदी आं। देखो जी ਕਿੰਨਾ ਕੰਮ ਹੋ ਜਾਂਦਾ ਘਰ ਦੇ ਵਿੱਚ, ਦੋ ਜੀ ਵੱਧ ਜਾਣ ਸੇ ਕੰਮ ਇੰਨਾ ਹੋ ਜਾਂਦਾ। ਪਰ ਮੈਂ ਕਹਿੰਦੀ ਹਾਂ ਜੀ ਸਾਂਝ ਬੜੀ ਸੋਹਣੀ ਪੈ ਜਾਂਦੀ ਘਰ ਦੇ ਵਿੱਚ, ਇੰਨੀ ਰੌਣਕ ਲੱਗ ਜਾਂਦੀ ਨਾ, ਬਹੁਤ ਵਧੀਆ ਰਹਿ ਜਾਂਦਾ। ਚੱਲ ਗੁਲਾਬੋ ਜਲਦੀ ਦੇ ਨਾਲ ਕੱਪੜੇ ਜਿਹੜੇ ਹੈਗੇ ਆ ਆਪਣੇ ਨਾ, ਇਹਨਾਂ ਨੂੰ ਕੱਪੜਿਆਂ ਨੂੰ ਭਿਗੋ ਲਿਆ ਤਾਂ ਕਿ ਫਿਰ ਜਲਦੀ ਦੇ ਨਾਲ ਧੋ ਲਾਂਗੇ। ਅਸਰ ਪਾਵਾਂ ਲੈ ਬਈ। ਦੇਖੋ ਅੱਜ ਕੱਲ੍ਹ ਤਾਂ ਕੰਮ ਕਰਨਾ ਜਿਹੜਾ ਹੈਗਾ ਨਾ ਬਈ, ਕੋਈ ਖਾਲਾ ਜੀ ਵਰਗਾ ਘਰ ਨਹੀਂ ਹੈ। ਇੰਨੇ ਸਾਰੇ ਕੰਮ ਘਰ ਦੇ ਹੋ ਜਾਂਦੇ, ਕਿੱਧਰ ਭਾਂਡੇ ਮਾਂਜਣੇ, ਕਿੱਧਰ ਸਫਾਈ ਕਰਨੀ ਹੈ। ਪਰ ਮਜ਼ਾ ਜਿਹੜਾ ਦਾ ਹੱਥ ਦੇ ਨਾਲ ਕਰਨ ਦਾ ਆਉਂਦਾ, ਔਰ ਕੱਪੜੇ ਧੋਣ ਦਾ ਮਜ਼ਾ ਤਾਂ ਹੱਥ ਨਾਲ ਆਉਂਦਾ। ਬਈ ਪਤਾ ਵੀ ਤਾਂ ਲੱਗਦਾ ਹੈ ਧੀਵੀ ਨੇ ਕੋਈ ਕੰਮ ਕੀਤਾ। ਅਤੇ ਹੁਣ ਦੇਖੋ ਏਡੀ ਏਡੀ ਟੈਕਨੋਲੋਜੀ ਹੋ ਗਈ, ਮਸ਼ੀਨਾਂ ਵਾਲਾ ਯੁੱਗ ਹੋ ਗਿਆ। 21ਵੀਂ ਸਦੀ ਹੈ, ਇੰਨਾ ਮਸ਼ੀਨੀ ਯੁੱਗ ਹੋ ਗਿਆ। ਕੱਪੜੇ ਕੀ ਧੋਣੇ, ਭਾਂਡੇ ਕੀ ਧੋਣੇ, ਸਫਾਈ ਕੀ ਕਰਨੀ, ਸਾਰੇ ਮਸ਼ੀਨਾਂ ਨਾਲ ਹੀ ਹੋ ਗਿਆ। ਆ ਕੱਪੜੇ ਧੋਂਦੇ ਮਸ਼ੀਨ ਦੇ ਨਾਲ, ਸਫਾਈ ਕਰਨੀ ਹੈ ਵੈਕਿਊਮ ਕਲੀਨਰ ਦੇ ਨਾਲ। ਆ ਹੁਣ ਤਾਂ ਕਹਿੰਦੇ ਆ ਵੀ ਇੱਥੇ ਭਾਂਡੇ ਵੀ ਮਾਂਜਣੇ ਹੋਣ, ਉਹਦੀ ਵੀ ਮਸ਼ੀਨ ਆਉਂਦੀ। ਬਸ ਭਾਂਡੇ ਪਾਏ ਧੁੱਪ ਗਏ, ਇੱਧਰ ਮਸ਼ੀਨ ਦੇ ਵਿੱਚ ਕੱਪੜੇ ਪਾਏ। ਪਹਿਲਾਂ ਤਾਂ ਹੁੰਦਾ ਸੀ ਚੱਲ ਧੁੱਪ ਗਏ ਇੱਦਾਂ ਆ, ਸਰਫ ਦੇ ਵਿੱਚ ਸਾਰਾ ਪਾ ਕੇ ਘੋਲ ਲਿੱਤਾ, ਧੁੱਲ ਗਏ। ਪਰ ਹੁਣ ਤਾਂ ਬਈ ਇਹ ਹੋ ਗਿਆ, ਕੱਪੜੇ ਪਾਏ ਸਹੀ, ਆਪੇ ਮਸ਼ੀਨ ਨੇ ਪਾਣੀ ਗਰਮ ਕਰ ਦੇਣਾ, ਧੋ ਕੇ ਸੁੱਕਣੇ ਪਾ ਕੇ ਐਨ ਲੱਗਦਾ ਮਸ਼ੀਨ 'ਚ ਮੈਲੇ ਕੱਪੜੇ ਪਾਉਣੇ ਅਤੇ ਐਂ ਸਾਫ਼ ਹੋ ਜਾਣ। ਪਰ ਦੇਖੋ ਜੀ ਜਿਹੜਾ ਅਸਲੀ ਮਜ਼ਾ ਹੈਗਾ ਉਹ ਤਾਂ ਬਈ ਸਾਡੀਆਂ ਸਿਹਤਾਂ ਕਿਵੇਂ ਵਧੀਆ ਰਹਿੰਦੀਆਂ, ਹੱਥ ਦੇ ਨਾਲ ਕੰਮ ਕਰਦੇ ਤਾਂਹੀਓ ਤਾਂ ਰਹਿੰਦੀਆਂ ਨੇ। ਬਸ ਤਾਂਹੀਓ ਤਾਂ ਮੈਨੂੰ ਤਾਂ ਹੱਥ ਦੇ ਨਾਲ ਕੰਮ ਕਰਨ ਦਾ ਹੀ ਜੋ ਮਜ਼ਾ ਹੈਗਾ ਨਾ ਉਹ ਕਿਤੇ ਨਹੀਂ ਆ ਸਕਦਾ। ਅਸ ਤਾਂਹੀਓ ਤਾਂ ਅਸੀਂ ਫਿਰ ਇਹਦੇ ਬਾਰੇ ਤਾਂ ਗੱਲ ਕਰਦੇ ਹਾਂ ਬਈ ਕਿਹੜਾ ਹੱਥ ਨਾਲ ਕੰਮ ਕਰਨਾ ਜ਼ਿਆਦਾ ਵਧੀਆ ਜਾਂ ਮਸ਼ੀਨਾਂ ਦੇ ਨਾਲ। ਮੈਨੂੰ ਤਾਂ ਲੱਗਦਾ ਅੱਜ ਕੱਲ੍ਹ ਹਰ ਕੋਈ ਕਹਿੰਦਾ ਸਾਡੇ ਕੋਲ ਰਿਮੋਟ ਹੋਵੇ ਤਾਂ ਬਸ ਸਾਡਾ ਕੰਮ ਹੋ ਜਾਵੇ। ਪਰ ਮੈਂ ਵੀ ਤੁਹਾਨੂੰ ਦੱਸਣਾ ਚਾਹਾਂਗੀ ਬਈ ਹੱਥ ਨਾਲ ਜੇ ਅਸੀਂ ਕੰਮ ਕਰਾਂਗੇ ਤਾਂਹੀਓ ਤਾਂ ਸਿਹਤਾਂ ਵੀ ਚੰਗੀਆਂ ਰਹਿੰਦੀਆਂ ਨੇ। ਔਰ ਟੈਕਨੋਲੋਜੀ ਦੇਖ ਲਓ, ਪਹਿਲਾਂ ਤਾਂ ਵੀ ਇੰਨਾ ਕੰਮ ਵਧੀਆ ਕਰਦੀਆਂ ਸੀ ਧੀਵੀਆਂ, ਕੀ ਘਰ ਦੇ ਕੀ ਆਹ ਖੇਤਾਂ ਦੇ ਵਿੱਚ ਗੇੜੇ ਲਾਉਣੇ ਸਭ ਕੁਝ ਕਰਨੇ, ਹੁਣ ਤਾਂ ਸਿਹਤਾਂ ਲਈ ਵੀ ਬਸ ਇੱਧਰ ਉੱਧਰ ਜਾਂਦੇ ਰਹਿੰਦੇ। ਪਰ ਆਈਓ ਤਾਂ ਸਾਡੇ ਹੁਣ ਸਾਡੇ ਫੋਨ ਨਾਲ ਜੁੜੇ, ਥੜ ਤੋਂ ਜਾਣਦੇ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਕੀ ਰਾਏ ਇਸ ਬਾਰੇ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਦਵਿੰਦਰ ਜੀ? ਮੈਂ ਬਹੁਤ ਵਧੀਆ, ਬਹੁਤ ਸੋਹਣਾ ਟੌਪਿਕ ਲੈ ਕੇ ਆਏ ਆ ਬੇਟਾ। ਹਾਂਜੀ, ਆ ਦੇਖੋ ਹੁਣ ਮੈਂ ਤਾਂ ਕੱਪੜੇ ਸੁੱਕਣੇ ਪਾਣੇ ਹੈਗੇ ਆ, ਸਾਰੇ ਧੋਣੇ ਆ, ਹੁਣ ਤਾਂ ਮੈਂ ਇੱਦਾਂ ਹੈਗਾ ਕਿ ਸਰਫ ਸੁਰਫ ਪਾ ਲਿੱਤਾ ਹੈ ਹਜੇ। ਤੇ ਮੈਨੂੰ ਤੁਸੀਂ ਦੱਸੋ ਬਈ ਅਸਲੀ ਜਿਹੜਾ ਮਜ਼ਾ ਹੈ ਦਵਿੰਦਰ ਜੀ, ਆ ਹੱਥ ਨਾਲ ਕੰਮ ਕਰਕੇ ਆ ਮਸ਼ੀਨਾਂ ਦੇ ਨਾਲ? ਵੈਸੇ ਮਜ਼ਾ ਤਾਂ ਗੁਲਾਬੋ ਜੀ ਹੱਥ ਨਾਲ ਕੰਮ ਕਰਕੇ ਆਉਂਦਾ ਸੀ। ਹਾਂਜੀ, ਕਿਉਂਕਿ ਹੁਣ ਟੈਕਨੋਲੋਜੀ ਬਦਲ ਗਈ ਆ, ਪਤਾ ਉਹਦੇ ਨਾਲ ਟੈਕਨੋਲੋਜੀ ਬਦਲਣ ਦੇ ਨਾਲ ਬੰਦਿਆਂ ਦੀਆਂ ਸਿਹਤਾਂ ਵੀ ਬਹੁਤ ਜਲਦੀ ਖਰਾਬ ਹੋਣ ਲੱਗ ਗਈਆਂ। ਬਿਲਕੁਲ ਜੀ, ਕਿਉਂਕਿ ਐਕਸਰਸਾਈਜ਼ ਕੁਛ ਹੁੰਦੀ ਨਹੀਂ। ਹਾਂਜੀ, ਤੇ ਸਾਰੇ ਕੰਮ ਮਸ਼ੀਨਾਂ ਕਰ ਦਿੰਦੀਆਂ ਹੈਗੀਆਂ। ਉਹ ਪਹਿਲਾਂ ਹੁੰਦੇ ਸੀ, ਦੇਖੋ ਆਪਾਂ ਜਦੋਂ ਪੰਜਾਬ 'ਚ ਰਹਿੰਦੇ ਸੀਗੇ, ਪਹਿਲਾਂ ਤਾਂ ਆਪਾਂ ਸਵੇਰੇ ਉੱਠ ਕੇ ਘਰ ਪੋਤਦੇ ਹੁੰਦੇ ਸੀਗੇ ਉਹਦੇ ਨਾਲ, ਆਪਣੀ ਮਿੱਟੀ ਦੇ ਨਾਲ, ਰਾਈਟ? ਹਾਂਜੀ ਹਾਂਜੀ। ਉਹਦੇ ਨਾਲ ਵੀ ਕਿੰਨੀ ਐਕਸਰਸਾਈਜ਼ ਹੁੰਦੀ ਸੀ, ਫਿਰ ਝਾੜੂ ਪੋਚਾ ਲਾਉਣਾ, ਪੋਚਾ ਵੀ ਲਾਉਂਦੇ ਹੁੰਦੇ ਸੀ, ਫਿਰ ਉਹਦੇ ਬਾਅਦ ਕੱਪੜੇ ਧੋਣ ਜਾਣਾ, ਉਹ ਵੀ ਏਡੀ ਦੂਰ ਤਲਾ ਤਲਾ ਤੇ ਏਡੀ ਦੂਰ ਤੁਰ ਕੇ ਕੱਪੜੇ ਧੋਣ ਜਾਂਦੇ ਸੀ, ਫਿਰ ਥਾਪੀਆਂ ਦੇ ਨਾਲ ਕੁੱਟ ਕੁੱਟ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆਉਂਦੇ ਸੀਗੇ। ਉਹਦਾ ਤਾਂ ਸਵਾਦ ਹੀ ਅਲੱਗ ਸੀ, ਨਾਲੇ ਪਤਾ ਐਕਸਰਸਾਈਜ਼ ਬਹੁਤ ਹੁੰਦੀ ਸੀ, ਤੁਹਾਨੂੰ ਪਸੀਨਾ ਪਸੀਨਾ ਆ ਜਾਂਦਾ ਸੀ, ਤੁਹਾਡਾ ਜੋ ਕੁਛ ਖਾਂਦੇ ਪੀਂਦੇ ਸੀ ਉਹ ਵੀ ਬਹੁਤ ਛੇਤੀ ਹਜ਼ਮ ਹੋ ਜਾਂਦਾ ਸੀ। ਤੇ ਹੁਣ ਅੱਜ ਕੱਲ੍ਹ ਮਸ਼ੀਨਾਂ ਦਾ ਯੁੱਗ ਹੈਗਾ ਆ, ਤੇ ਤੁਸੀਂ ਸਾਰੇ ਕੰਮ ਮਸ਼ੀਨਾਂ ਕਰ ਦਿੰਦੀਆਂ ਤੇ ਉਹ ਫਿਰ ਛੇਤੀ ਛੇਤੀ ਹੋ ਜਾਂਦਾ, ਬੰਦਿਆਂ ਦੀਆਂ ਸਿਹਤਾਂ ਬਹੁਤ ਛੇਤੀ ਖਰਾਬ ਹੁੰਦੀਆਂ ਹੈਗੀਆਂ ਆ, ਤੇ ਉਹਦੇ ਕਰਕੇ ਨਾ ਬਹੁਤ ਔਖਾ ਹੈਗਾ ਆ। ਬਿਲਕੁਲ ਜੀ, ਸਹੀ ਕਿਹਾ ਦਵਿੰਦਰ ਜੀ। ਪਰ ਹੁਣ ਦੇਖ ਲਓ ਅੱਜ ਜਿੰਨਾ ਹੁਣ ਹਸਪਤਾਲ ਦੇ ਵਿੱਚ ਚੱਲ ਜਾਓ, ਪਹਿਲਾਂ ਤਾਂ ਹੁੰਦਾ ਸੀਗਾ ਚੱਲ ਦੇਸੀ ਦੇ ਇਲਾਜ ਹੋ ਜਾਣੇ, ਬਈ ਜਿੰਨਾ ਇਹਨਾਂ ਦਾ ਫਾਇਦਾ ਹੈ ਮਸ਼ੀਨਾਂ ਦਾ ਓਨਾ ਹੀ ਹੁਣ ਦੇਖ ਲਓ। ਹੁਣ ਜੇ ਬੱਚਾ ਵੀ ਜੰਮਣਾ, ਵੀ ਪਹਿਲਾਂ ਤਾਂ ਨੋਰਮਲ ਹੋ ਜਾਂਦਾ ਸੀ, ਹੁਣ ਤਾਂ ਸਿੱਧਾ ਹੀ ਡਾਕਟਰ ਵਾਲੇ ਕਹਿੰਦੇ ਓਪਰੇਸ਼ਨ ਹੋਏਗਾ, ਕੋਈ ਨਿੱਕੀ ਜਿਹੀ ਬਿਮਾਰੀ ਹੋ ਓਪਰੇਸ਼ਨ ਹੋਏਗਾ। ਪਹਿਲਾਂ ਸਿੱਧਾ ਜਾ ਕੇ ਕਹੋਗੇ ਜੀ ਆਪਣਾ ਜਿਹੜਾ ਹੈਗਾ ਆਹ ਟੈਸਟ ਕਰਾ ਲਓ, ਉਹ ਟੈਸਟ ਕਰਾ ਲਓ, ਵੀ ਪਹਿਲਾਂ ਜਾਣ ਵੀ ਤਾਂ ਲਓ। ਆਹ ਮਸ਼ੀਨਾਂ ਦੇ ਨਾਲ ਜਿੰਨੇ ਸਾਡੇ ਫਾਇਦੇ ਵੀ ਹੋਏ ਓਨੇ ਤਾਂ ਨੁਕਸਾਨ ਵੀ ਤਾਂ ਹੋ ਗਏ ਹੈ ਕਿ ਨਹੀਂ ਹੈ? ਦੇਖੋ ਜੀ ਬਿਲਕੁਲ ਸਹੀ ਕਿਹਾ ਦਵਿੰਦਰ ਜੀ ਨੇ। ਆ ਜਿੰਨਾ ਮਜ਼ਾ ਹੈਗਾ ਹੱਥ ਨਾਲ ਕੰਮ ਕਰਨ ਦਾ ਹੈਗਾ, ਓਨਾ ਮਜ਼ਾ ਸਾਨੂੰ ਮਸ਼ੀਨਾਂ ਦੇ ਨਾਲ ਕਿਵੇਂ ਹੋ ਸਕਦਾ? ਸਾਡੇ ਕਾਲਰ ਤੋਂ ਜਾਣਦੇ ਭਲਾ ਉਹਨਾਂ ਦਾ ਕੀ ਰਾਏ ਹੈ ਇਸ ਬਾਰੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਸਰੀਕਾਲ ਗੁਲਾਬੋ, ਸੁਖਪ੍ਰੀਤ ਪੁੱਤ, ਕਿੱਦਾਂ ਹਾਲ ਚਾਲ? ਬਹੁਤ ਵਧੀਆ ਨੇ, ਸਾਡੀਆਂ ਤਾਂ ਸਿਹਤਾਂ ਵੀ ਚੰਗੀਆਂ ਨੇ, ਤੁਸੀਂ ਦੱਸੋ ਕਿਵੇਂ ਹੋ? ਬਸ ਅਸੀਂ ਵਧੀਆ ਆ, ਤੂੰ ਕੰਮ ਵਧੀਆ ਕਰ ਰਿਹਾ, ਹੱਥੀਂ ਕੱਪੜੇ ਧੋਣੇ ਆ।
ਬਿਲਕੁਲ ਆ ਹੁਣ ਦੇਖੋ ਜੀ ਕੱਪੜੇ ਜਿਹੜੇ ਹੈਗੇ ਆ ਮੈਂ ਭਿਗੋਤੇ ਆ ਬਸ ਆ ਥੋੜ੍ਹੀ ਦੇਰ ਆ ਹੋ ਜਾਣ ਸਹੀ ਫਿਰ ਮੈਂ ਇਹਨਾਂ ਨੂੰ ਧੋਵਾਂਗੀ ਚੰਗੀ ਤਰ੍ਹਾਂ ਨਾਲ ਭਲਾ ਹੁਣ ਤਾਂ ਹੋ ਗਿਆ ਕਿ ਸਿੱਧਾ ਜਿਹੜਾ ਮਸ਼ੀਨ ਦਾ ਬਟਨ ਦਬਾਓ ਅਤੇ ਕੱਪੜੇ ਹੈ ਸਾਫ਼ ਸੁਥਰੇ ਧੋਤੇ ਆ ਜਾਂਦੇ ਆ ਹੁਣ ਕਿਤੇ ਥਾਪੀਆਂ ਦੇ ਨਾਲ ਮੈਲ ਕੱਢੀ ਜਾਂਦੀ ਆ ਭਲਾ ਦੇਖੋ ਸਹੀ ਸਾਡੇ ਇੱਥੋਂ ਇੱਕ ਹਰਿਆਣੇ 'ਚ ਜਾ ਕੇ ਕੁੜੀ ਨੇ ਵਿਆਹ ਕਰਾਇਆ ਅਮਰੀਕਾ ਦੀ ਗੋਰੀ ਨੇ ਉਹ ਪਾਥੀਆਂ ਵੀ ਪਾਸਦੀ ਆ ਅੱਛਾ ਬੱਚੇ ਵੀ ਪੜ੍ਹਦੀ ਆ ਕੰਮ ਵੀ ਕਰਦੀ ਆ ਕਿਆ ਬਾਤ ਹੈ ਜੀ ਸੁਣ ਕੇ ਤਾਂ ਬਹੁਤ ਚੰਗਾ ਲੱਗਾ ਗੋਰੀਆਂ ਵੀ ਸਾਡੀ ਰੀਸ ਕਰਦੀਆਂ ਨੇ ਹਾਂਜੀ ਗੁਸ਼ੇ ਗੋਰੀਆਂ ਨੇ ਹਰਿਆਣੇ 'ਚ ਵਿਆਹ ਕਰਾ ਲਏ ਆ ਅੱਛਾ ਬਹੁਤ ਵਧੀਆ ਬਈ ਇੰਨਾ ਵਧੀਆ ਸੁਣ ਕੇ ਨਾ ਖੁਸ਼ੀ ਹੋਈ ਆ ਭਲਾ ਗੋਰੀਆਂ ਸਾਡੀ ਰੀਸ ਕਰਦੀਆਂ ਇੱਥੇ ਦੇ ਧੀਵੇਂ ਦੇਖ ਲਓ ਗੋਰੀਆਂ ਦੀ ਰੀਸਾਂ ਕਰੀ ਜਾਂਦੀਆਂ ਹਨਾ ਬਈ ਲੈ ਮੈਂ ਦੋ ਕੁ ਤੇਰੀਆਂ ਸੁਣਾਉਣੀਆਂ ਲੈਣਾ ਅੱਛਾ ਖੁਸ਼ੀਆਂ ਖੇੜੇ ਨੱਚਣ ਵਿੱਚ ਤੀਆਂ ਹਰ ਵੇੜੇ ਦੀਆਂ ਰੌਣਕ ਧੀਆਂ ਅੱਜ ਕੱਲ ਮੁੰਡੇ ਜਾਣ ਖੇਤ ਨਾ ਬੰਨੇ ਕੁੜੀਆਂ ਚੱਕ ਲੈ ਹਲ ਤੇ ਮੁੰਨੇ ਅੱਜ ਕੱਲ ਮੁੰਡੇ ਜਾਣ ਖੇਤ ਨਾ ਬੰਨੇ ਕੁੜੀਆਂ ਚੱਕ ਲੈ ਹਲ ਤੇ ਮੁੰਨੇ ਬਾਪੂ ਦਾ ਦੁੱਖ ਸੁੱਖ ਵਡਾਵਣ ਧੀਆਂ ਮੁੰਡੇ ਪੈ ਗਏ ਨਸ਼ੇ ਦੀਆਂ ਲੀਹਾਂ ਵਿਦਿਆ ਨਾਲੇ ਚਿਰਾਗ ਰਸ਼ਨਾਓ ਬਣਦਾ ਧੀਆਂ ਨੂੰ ਸਤਿਕਾਰ ਦਵਾਓ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਮਜ਼ਦੂਰੀ ਮਿਹਣਾ ਨਹੀਂ ਹੈ ਗੱਲ ਫੜ ਕੇ ਕੋਈ ਬਹਿ ਨਾ ਜਾਵੇ ਜਿਸ ਕਾ ਕਾਮ ਉਸੀ ਕੋ ਸਾਜੇ ਕਹਾਵਤ ਝੂਠੀ ਪੈ ਨਾ ਜਾਵੇ ਜਿਸ ਕਾ ਕਾਮ ਉਸੀ ਕੋ ਸਾਜੇ ਕਹਾਵਤ ਝੂਠੀ ਪੈ ਨਾ ਜਾਵੇ ਸੱਚ ਜੀ ਸੱਚ ਬਿਲਕੁਲ ਤੈਨੂੰ ਹੀ ਕੱਪੜੇ ਧੋਣ ਦਾ ਕੰਮ ਸੋਹਣਾ ਲੱਗਦਾ ਗੁਲਾਬੋ ਧੋਈ ਜਾ ਮੁੰਡਿਆਂ ਨੂੰ ਨਹੀਂ ਚੰਗਾ ਲੱਗਦਾ ਇਹ ਕਿਆ ਬਾਤ ਹੈ ਜੀ ਬਿਲਕੁਲ ਜੀ ਧੀ ਉਹੀ ਜਿਹੜੀ ਹੈਗੀ ਹੈ ਘਰ ਦਾ ਕੰਮ ਕਰਿਆ ਤਾਂ ਸੋਹਣੀ ਵੀ ਲੱਗਦੀ ਹੈ ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਬਹੁਤ ਹੀ ਚੰਗਾ ਲੱਗਾ ਬਈ ਜਿਹਦਾ ਕੰਮ ਆ ਉਹਨੂੰ ਹੀ ਕਰਨਾ ਚਾਹੀਦਾ ਪਰ ਇਹ ਗੱਲ ਨਹੀਂ ਹੈ ਕਿ ਸਾਰਾ ਕੰਮ ਧੀਆਂ ਨੂੰ ਕਰਨਾ ਚਾਹੀਦਾ ਆ ਬਈ ਕੰਮ ਜਿਹੜਾ ਹੈਗਾ ਆਪਸੀ ਹੁੰਦਾ ਜਿਹੜਾ ਜਿਸ ਲਾਇਕ ਲੱਗਦਾ ਹੈਗਾ ਕਰ ਲੈਣਾ ਚਾਹੀਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਹੁਣ ਆ ਜਿਹੜੇ ਭਾਂਡੇ ਹੈਗੇ ਆ ਰਸੋਈ ਦੇ ਵਿੱਚ ਜਾ ਕੇ ਇਕੱਲੀ ਧੀ ਵੀ ਰੱਖੇ ਇਹ ਵੀ ਜ਼ਰੂਰੀ ਨਹੀਂ ਹੈਗਾ ਬਈ ਆਪਣਾ ਘਰ ਦਾ ਕੰਮ ਹੈ ਆਪ ਕੰਮ ਕਰਨਾ ਉਹਦੇ ਹੱਥੀਂ ਸਾਨੂੰ ਕਤਰਾਉਣਾ ਹੀ ਨਹੀਂ ਚਾਹੀਦਾ ਭਲਾ ਸੋ ਜੀ ਬਿਲਕੁਲ ਸਹੀ ਕੀਆ ਧੀਆਂ ਦਾ ਜਿਹੜਾ ਸਾਨੂੰ ਹਮੇਸ਼ਾ ਸਤਿਕਾਰ ਤਾਂ ਕਰਨਾ ਚਾਹੀਦਾ ਇਹ ਜਿਹੜਾ ਮੈਸੇਜ ਹੈਗਾ ਹਮੇਸ਼ਾ ਹੀ ਸਾਡੇ ਦਿਲ ਅਤੇ ਦਿਮਾਗ ਦੇ ਵਿੱਚ ਰਹਿਣਾ ਚਾਹੀਦਾ ਧੀ ਹੈ ਨੂੰਹ ਹੈ ਸਭ ਨੂੰ ਪਿਆਰ ਕਰੋ ਅਤੇ ਜਿਹੜਾ ਘਰ ਦਾ ਕੰਮ ਹੈ ਆਪਣੇ ਆਪ ਹੀ ਕਰੋ ਆਓ ਜੀ ਫਿਰ ਗੱਲਬਾਤ ਕਰਦੇ ਸਾਡੇ ਨੈਕਸਟ ਕਾਲਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਗੁਲਾਬਪੁਰ ਤੇਰਾ ਬਹੁਤ ਵਧੀਆ ਗਿੱਲ ਆਂਟੀ ਜੀ ਤੁਸੀਂ ਕਿਵੇਂ ਹੋ ਭਾਂਡੇ ਵੀ ਪਏ ਮਾਂਜਣ ਵਾਲੇ ਪਹਿਲਾਂ ਮੈਂ ਚੱਲ ਕੱਪੜੇ ਭਿਗੋ ਲੈਣੀ ਆ ਨਾਲੇ ਮੈਨੂੰ ਚੇਤਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਤਾਂ ਮਾਰਦੀ ਮੈਂ ਚਲੋ ਫਿਰ ਆਈ ਹੋ ਗੱਲ ਸਹੀ ਆਹੋ ਤੇ ਕੱਪੜੇ ਤਾਂ ਸਗੋਂ ਜਿਵੇਂ ਹੱਥੀ ਧੋਣੇ ਇਹ ਤਾਂ ਬਹੁਤ ਚੰਗੀ ਚੀਜ਼ ਹੁੰਦੀ ਸੀ ਤੇ ਹੁਣ ਤਾਂ ਕੱਪੜੇ ਵੀ ਹੈ ਨਹੀਂ ਥਾਲ ਧੋਣ ਵਾਲੇ ਹੁਣ ਤਾਂ ਮਸ਼ੀਨਾਂ ਚ ਪਾਉਣ ਵਾਲੇ ਅੱਗੇ ਤਾਂ ਥਾਪੇ ਨਾਲ ਕੁੱਟ ਲੈਂਦੇ ਸੀ ਹਾਂ ਸੱਚੀ ਗੱਲ ਹੈ ਦੇਖੋ ਜੀ ਅਗਰ ਗੁੱਸਾ ਚੜਨਾ ਚੱਲ ਮਾੜੀ ਮੋਟੀ ਇੱਧਰ ਉੱਧਰ ਗੱਲਬਾਤ ਹੋ ਵੀ ਜਾਣੀ ਹੈ ਜਿਹੜਾ ਗੁੱਸਾ ਹੁੰਦਾ ਸੀਗਾ ਇੱਦਾਂ ਹੀ ਥਾਪੀ ਮਾਰ ਕੇ ਕੱਢ ਦੇਣਾ ਸੀਗਾ ਅੱਜ ਕੱਲ ਤੇ ਇਹ ਚੀਜ਼ ਨਜ਼ਾਰਾ ਨਹੀਂ ਰਹਿ ਗਿਆ ਉਹਦੇ ਜਾਂਦੀਆਂ ਹੁੰਦੀਆਂ ਸੀ ਉਧਰ ਪਾਣੀ ਇਹੋ ਜਿਹਾ ਹੁੰਦਾ ਸੀਗਾ ਤੇ ਖੂਹਾਂ ਤੇ ਕੱਪੜੇ ਧੋਣ ਜਾਂਦੀਆਂ ਸੀ ਆਹੋ ਜੀ ਆਹੋ ਬਿਲਕੁਲ ਆ ਇੱਦਾਂ ਹੀ ਜਦੋਂ ਗੁੱਸਾ ਹੋਣਾ ਬਸ ਥਾਪੀ ਮਾਰਨੀ ਜਿਹੜਾ ਗੁੱਸਾ ਸੀ ਆਪਣਾ ਉੱਤੇ ਕੱਢ ਦਿੰਦੇ ਸੀਗੇ ਪਰ ਘਰ ਦੇ ਜੀਆਂ ਦੇ ਨਾਲ ਪਿਆਰ ਦਾ ਬਣਿਆ ਰਹਿੰਦਾ ਸੀ ਸੱਤਾਂ ਜਾਣੀਆਂ ਨੇ ਨਾਲ ਗੱਲਾਂ ਕਰੀ ਜਾਣੀਆਂ ਨਾਲ ਲੀੜੇ ਧੋਈ ਜਾਣੇ ਆਹੋ ਜੀ ਆਹੋ ਕੰਮ ਹੀ ਨਹੀਂ ਔਖਾ ਲੱਗਦਾ ਸੀਗਾ ਹੁਣ ਸਗੋਂ ਮੁਸ਼ਕਲ ਹੋ ਗਿਆ ਕੰਮ ਕਰਨਾ ਹੁਣ ਤਾਂ ਕਹਿੰਦੇ ਮਸ਼ੀਨ ਚੋਂ ਕੱਢ ਕੇ ਸੁੱਕਣੇ ਪਾਉਣੇ ਬਹੁਤ ਔਖੇ ਦੂਜੇ ਪਾਸੇ ਪਾਉਣ ਨਾਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਿਲਕੁਲ ਸਹੀ ਕਿਹਾ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਗਿੱਲ ਆਂਟੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਆਓ ਜੀ ਸਾਡੇ ਅਗਲੇ ਕਾਲਰ ਤੋਂ ਜਾਣਦੇ ਆ ਭਲਾ ਉਹਨਾਂ ਦੀ ਕੀ ਸਲਾਹ ਹੈਗੀ ਆ ਵੀ ਆ ਜਿਹੜੇ ਕੰਮ ਹੈਗੇ ਹੱਥੀਂ ਕਰਨੇ ਚਾਹੀਦੇ ਆ ਮਸ਼ੀਨਾਂ ਦੇ ਨਾਲ ਸੁੱਖ ਲਈਏ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸੁੱਖੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਚਾਲ ਆ ਤੁਸੀਂ ਕਿੱਥੋਂ ਬੋਲਦੇ ਪਏ ਹੋ ਅਸੀਂ ਕੈਲੀਫੋਰਨੀਆ ਤੋਂ ਅੱਛਾ ਤੁਹਾਡਾ ਕੀ ਨਾਮ ਹੈ ਜੀ ਇੰਦੂ ਇੰਦੂ ਜੀ ਮੈਨੂੰ ਦੱਸੋ ਕਿ ਭਲਾ ਤੁਸੀਂ ਜਿਹੜਾ ਹੈਗਾ ਆਪਣਾ ਘਰ ਦਾ ਕੰਮ ਜਿਹੜਾ ਤੁਹਾਨੂੰ ਮਸ਼ੀਨਾਂ ਦੇ ਨਾਲ ਕਰਨਾ ਪਸੰਦ ਹੈ ਜਾਂ ਆਪਣੇ ਆਪ ਹੱਥੀਂ ਕਰਨਾ ਪਸੰਦ ਬੰਦਾ ਫਿੱਟ ਵੀ ਰਹਿੰਦਾ ਆ ਪੂਰਾ ਪੂਰਾ ਆਪਣੇ ਹੱਥੀਂ ਕਰਨਾ ਪਸੰਦ ਆ ਅੱਛਾ ਹੁਣ ਇਹ ਦੱਸੋ ਕੱਪੜੇ ਫਿਰ ਤੁਸੀਂ ਹੱਥੀਂ ਧੋਂਦੇ ਹੋ ਕਿ ਮਸ਼ੀਨ ਨਾਲ ਧੋਂਦੇ ਆ ਵੀ ਸੱਚੀ ਸੱਚੀ ਦੱਸ ਦਿਓ ਇੱਥੇ ਤਾਂ ਮਸ਼ੀਨ ਨਾਲ ਧੋਂਦੇ ਆ ਅੱਛਾ ਆਈਓ ਤਾਂ ਗੱਲ ਹੋ ਗਈ ਜਦੋਂ ਨਹੀਂ ਹੁੰਦੀਆਂ ਮੈਂ ਆਪਦੇ ਹੱਥੀਂ ਧੋਂਦੀ ਆ ਇਹੀਓ ਤਾਂ ਗੱਲ ਹੋ ਗਈ ਇੱਥੇ ਕੀ ਸਾਰੇ ਪਾਸੇ ਆਈਓ ਹਾਲ ਹੋ ਗਿਆ ਬਈ ਮੈਨੂੰ ਤਾਂ ਮੈਂ ਤਾਂ ਗੁਲਾਬੋ ਮੈਨੂੰ ਤਾਂ ਹੱਥੀਂ ਧੋਣਾ ਪਸੰਦ ਹੈਗਾ ਬਈ ਵਧੀਆ ਨਾਲੇ ਹੱਥਾਂ ਦੀ ਵੀ ਕਸਰਤ ਹੋ ਜਾਂਦੀ ਹੈ ਨਾਲੇ ਬਈ ਦਿਨ ਚੰਗਾ ਲੰਘ ਜਾਂਦਾ ਨਾਲੇ ਸਹੇਲੀਆਂ ਦੇ ਨਾਲ ਗੱਲਾਂ ਬਾਤਾਂ ਵੀ ਮਾਰੀਆਂ ਜਾਂਦੀਆਂ ਨੇ ਬਈ ਇੱਧਰ ਕੱਪੜੇ ਸੁਕਾਏ ਜਦੋਂ ਅਸੀਂ ਇੰਡੀਆ ਹੁੰਦੇ ਸੀ ਅੱਜ ਤੋਂ 30-40 ਸਾਲ ਪਹਿਲਾਂ ਉਦੋਂ ਤਾਂ ਲੋਕ ਬੋਰਾਂ ਤੇ ਮੋਟਰਾਂ ਦੇ ਸੂਇਆਂ ਦੇ ਲੀੜੇ ਧੋ ਕੇ ਆਉਂਦੇ ਹੁੰਦੇ ਸੀ ਹਾਂਜੀ ਹਜੇ ਵੀ ਧੋਂਦੇ ਆ ਸਾਡੇ ਪਿੰਡ ਦੇ ਵਿੱਚ ਧੋਂਦੇ ਆ ਜਦੋਂ ਵੀ ਅਸੀਂ ਲੀੜੇ ਧੋਣੇ ਹੁੰਦੇ ਆ ਨਾ ਬਸ ਮੋਟਰ ਤੇ ਚੱਲ ਜਾਈਦਾ ਇੱਥੇ ਘਰੇ ਭਗੋਲੀਦੇ ਆ
ਵੱਖਰੇ ਹੁੰਦਾ ਸੀ, ਸਾਰਿਆਂ ਨੇ ਵੀ ਗਲੀ ਦੀਆਂ ਸਾਰੀਆਂ ਕੁੜੀਆਂ ਨੇ ਇਕੱਠੇ ਹੋ ਕੇ ਕਹਿਣਾ ਲਿੜਤਣ ਜਾਣੇ ਖੂਹ ਤੇ। ਸੱਚੀ ਇੰਦੂ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਚਲੋ ਚੰਗਾ ਕੋਈ ਨਾ, ਤੇ ਤੁਹਾਡੇ ਨਾਲ ਨਾ ਗੱਲ ਕਰਕੇ ਬੜਾ ਚੰਗਾ ਲੱਗਾ ਕਿ ਤੁਸੀਂ ਯਾਦ ਦਵਾਈ ਕਿ ਪਿੰਡਾਂ ਦੇ ਵਿੱਚ ਇੱਦਾਂ ਧੋਂਦੇ ਹੁੰਦੇ ਸੀਗੇ। ਬੜਾ ਸਾਡੇ ਅਗਲੇ ਕੋਲਰ ਤੋਂ ਜਾਣ ਲੈਣੇ, ਉਹਨਾਂ ਨੂੰ ਵੀ ਇਹੋ ਜਿਹੀ ਯਾਦ ਤਾਜ਼ਾ ਹੈਗੀ ਹੈ ਵੀ ਇੱਦਾਂ ਹੁੰਦਾ ਆ, ਹਜੇ ਵੀ ਹੁੰਦਾ ਆ, ਉਹਨਾਂ ਨੂੰ ਵੀ ਪੁੱਛ ਲੈਣੇ, ਨਾਲ ਦੱਸ ਵੀ ਲੈਂਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਉਹ ਗਿੱਲ ਆਂਟੀ ਮੈਂ ਬੋਲਦੀ ਹਾਂ, ਉਹ ਸੁਰਜੀਤ ਕੌਰ ਆਂਟੀ ਸੀ ਬੇਟੇ, ਤੈਨੂੰ ਭਲਕ ਭੁਲੇਖਾ ਲੱਗ। ਅੱਛਾ, ਉਹ ਗਿੱਲ ਆਂਟੀ ਬਣ ਕੇ ਦੇਖੋ ਗੱਲ ਕਰ ਗਏ। ਮੈਂ ਗਿੱਲ ਆਂਟੀ। ਅੱਛਾ, ਮੈਂ ਕਿਹਾ ਫਿਰ ਸੁਰਜੀਤ ਜੀ ਗਿੱਲ ਆਂਟੀ ਬਣ ਕੇ ਗੱਲ ਕਰ ਗਏ, ਉਹਨਾਂ ਨੇ ਕਹਿਤਾ ਚਲੋ ਗਿੱਲ ਆਂਟੀ ਬਣ ਕੇ ਮੈਂ ਗੱਲ ਕਰ ਲਈ। ਉਹ ਗਿੱਲ ਆਂਟੀ ਕਰਕੇ ਕਰ ਗਏ ਤੁਸੀਂ। ਅੱਛਾ, ਭੁਲੇਖਾ ਪੈ ਗਿਆ, ਕੋਈ ਗੱਲ ਨਹੀਂ ਬੇਟੇ, ਫਰਕ ਪੈ ਜਾਂਦਾ ਕਈ ਵਾਰ, ਬੁਲਾ ਬੋਲ ਚ ਵੀ ਹੋ ਜਾਂਦਾ ਕਈ ਵਾਰੀ, ਮਿਸਟੇਕ ਹੋ ਜਾਂਦੀ। ਚਲੋ ਤੁਹਾਡਾ ਆਸ਼ੀਰਵਾਦ ਜਿਹੜਾ ਵੱਡਿਆਂ ਦਾ ਹੋਵੇ। ਕੱਪੜੇ ਧੋ ਰਹੀ ਆ ਬੇਟੇ, ਜਿਹੜੀ ਹੱਥ ਨਾਲ ਕੋਈ ਵੀ ਕੰਮ ਕਰੋਗੇ ਹੱਥ ਨਾਲ, ਉਹ ਇੱਕ ਤਾਂ ਚੰਗਾ ਲੱਗੇਗਾ, ਇੱਕ ਆਪਣੀ ਸੋਰੀ ਵਰਜਿਸ਼ ਹੋ ਜਾਂਦੀ ਹੈ, ਇੱਕ ਆਪਣਾ ਕੰਮ ਆਪ ਕੀਤਾ ਬੜਾ ਚੰਗਾ ਪਸੰਦ ਆਉਂਦਾ ਹੈ। ਕੋਈ ਸਬਜ਼ੀ ਬਣਾਓਗੇ, ਕੋਈ ਰੋਟੀ ਬਣਾਓਗੇ, ਕੱਪੜਾ ਧੋਵੋ, ਘਰ ਦੀ ਸਫਾਈ ਵੀ ਜਿਹੜੀ ਆਪ ਕਰੋਗੇ ਉਹਦੇ ਵਰਗੀ ਰੀਸ ਕਿਤੇ ਨਹੀਂ ਹੈਗੀ। ਸੱਚੀ ਜੀ, ਹੁਣ ਅਸੀਂ ਪਿੰਡ ਜਾਂਦੇ ਹਾਂ, ਉੱਥੇ ਪਿੰਡ ਵੀ ਕੋਈ ਨਹੀਂ, ਕੋਈ ਧੋਣ ਜਾਂਦੇ ਬਾਹਰ ਕੱਪੜੇ, ਸਾਡੇ ਨਾਲ ਨਾਲ ਖੇਤਾਂ ਟਿਊਬਵੈਲ ਚੱਲਦੇ ਪਏ ਨੇ, ਮਸ਼ੀਨਾਂ ਹੀ ਮਸ਼ੀਨਾਂ। ਹੁਣ ਉੱਥੇ ਪਿੰਡਾਂ 'ਚ ਵੀ ਸਭ ਨੂੰ ਇਹੀ ਹੋ ਗਿਆ ਵੀ ਖੋਰੇ ਹੁਣ ਬਾਹਰ ਧੋਣ ਜਾਵਾਂਗੇ ਤੇ ਬੜੀ ਸਾਨੂੰ ਹਾਨੀ ਮਿਲੇਗੀ, ਸ਼ਾਇਦ ਅਸੀਂ ਘਰੇ ਹੀ ਧੋ ਲਾਂਗੀਆਂ ਮਸ਼ੀਨਾਂ ਪਾ ਕੇ, ਤੇ ਬੜੀ ਚੰਗੀ ਗੱਲ ਹੈ। ਪਰ ਹੱਥ ਨਾਲ ਮਲ ਕੇ ਧੋਣਾ ਕੱਪੜਾ ਪਤਾ ਕਿੰਨਾ ਸਾਫ਼ ਹੋ ਜਾਂਦਾ ਹੈ, ਕਈ ਵਾਰੀ ਕਿਸੇ ਚੀਜ਼ 'ਤੇ ਮੈਲ ਨਹੀਂ ਉਤਰਦੀ, ਹੱਥ ਨਾਲ ਮਲੋਗੇ ਤੇ ਸਾਫ਼ ਹੋ ਜਾਏਗਾ। ਪਰ ਉਹ ਰਿਵਾਜ਼ ਹੀ ਨਾ ਰਹੇ ਤੇ ਕਹੀਏ ਕਿਸੇ ਨੂੰ ਕੀ ਆਖੀਏ। ਸੱਚੀ ਗੱਲ ਕਹੀਏ, ਚਲੋ ਸਾਡੇ ਕੋਲ ਮਸ਼ੀਨਾਂ ਨੇ, ਡਰੈਲ ਨੇ, ਉੱਥੇ ਡਰੈਲ ਤਾਂ ਨਹੀਂ ਹੈਗੇ, ਮਸ਼ੀਨਾਂ ਹੈਗੀਆਂ ਨੇ, ਪਰ ਫਿਰ ਵੀ ਲੋਕ ਬੜੇ ਸੋਹਲ ਹੋ ਗਏ ਨੇ। ਬਿਲਕੁਲ, ਵੀ ਘਰ ਦਾ ਕੰਮ ਕਰਨ ਤੋਂ ਤਾਂ ਇੰਨਾ ਕਤਰਾਉਂਦੇ ਆ। ਜਿਹੜੇ ਪਿੰਡਾਂ 'ਚ ਅਸੀਂ ਖੁਦ ਟਿਊਬਵੈਲਾਂ 'ਤੇ ਬਹਿ ਕੇ ਕੱਪੜੇ ਧੋਂਦੀਆਂ, ਸੋਟੇ ਮਾਰ ਮਾਰ ਕੇ ਚਿੱਟੇ ਕੱਢਣੇ, ਵੱਡੇ ਵੱਡੇ ਮੋਟੇ ਕੱਪੜੇ ਵੀ, ਅੱਜ ਉਹ ਸਭ ਮਸ਼ੀਨਾਂ ਧੋਪਦੇ ਪੈਣ, ਕਿਸੇ ਦਾ ਕੀ ਵੱਸ ਹੈ। ਜ਼ਮਾਨਾ ਬਦਲ ਗਿਆ, ਦੁਨੀਆ ਨਵੀਂ, ਨਵਾਂ ਜ਼ਮਾਨਾ, ਮੌਜਾਂ ਲੈਣ ਦਿਓ, ਹੈ ਨਾ। ਬਿਲਕੁਲ ਸਹੀ ਕਹਿ ਰਹੇ ਹੋ, ਸੋਹਲ ਦੁਨੀਆ ਸੋਹਲ ਹੋ ਗਈ ਹੈ। ਆ ਦੇਖ ਲਓ ਹੁਣ ਕੱਪੜਿਆਂ ਤੱਕ ਨਹੀਂ ਗੱਲ ਰਹਿ ਗਈ, ਵੀ ਘਰ ਦੇ ਕੰਮ ਵੀ ਕਰਦਾ ਹੁੰਦਾ, ਝਾੜੂ ਪੋਚੇ ਵੀ ਲਾਣੇ ਹੁੰਦੇ, ਉਹ ਕਹਿੰਦੇ ਵੈਕਿਊਮ ਕਲੀਨਰ ਆ ਗਿਆ ਉਹਦੇ ਨਾਲ ਸਾਰਾ ਕੁਝ ਲਾਉਂਦੀਆਂ ਸਾਂ, ਸਭ ਕੁਝ ਕਰਦੀਆਂ ਸਾਂ। ਆ ਹੁਣ ਤਾਂ ਜਾ ਕੇ ਵਹਿਨੇ ਆ, ਸਾਡੇ ਉਹਦੇ ਘਰ ਹੀ ਉੱਥੇ ਨੌਕਰ ਰੱਖੇ ਪੈਣ, ਦੂਰੇ ਦੂਰੇ ਜਾਂਦੇ ਹਾਂ, ਸਾਨੂੰ ਕੋਈ ਹੱਥ ਹੀ ਨਹੀਂ ਹੈਗਾ ਕਰਨ ਦਿੰਦਾ, ਅਸੀਂ ਆਪ ਹੀ ਲੋਕਾਂ ਕੋਲ ਉਹਨਾਂ ਕੋਲ ਪੱਕੀਆਂ ਖਾਂਦੇ ਹਾਂ ਤੇ ਅਸੀਂ ਕਰਨਾ। ਬਿਲਕੁਲ, ਪਰ ਗਿੱਲ ਆਂਟੀ ਜੀ ਦੇਖੋ, ਜਿਹੜਾ ਘਰ ਆਪਣਾ ਹੱਥੀ ਕੰਮ ਕਰਦੇ ਆ, ਬੰਦੇ ਦਾ ਮਨ ਵੀ ਲੱਗਾ ਰਹਿੰਦਾ। ਹੁਣ ਇੰਨੇ ਸਾਰੇ ਕੰਮ ਨਾ ਹੋਣ, ਬੰਦਾ ਸੋਚਦਾ ਘਰੇ ਕਿੰਨਾ ਕੁ ਅਸੀਂ ਵਿਹਲੇ ਬਹਿ ਜਾਾਂਗੇ, ਕਿੰਨਾ ਕੁ ਕਰ ਲਾਂਗੇ, ਮਨ ਹੀ ਨਹੀਂ ਲੱਗਦਾ ਆ। ਜੀ ਕਰਦਾ ਇਹ ਵੀ ਕੰਮ ਕਰੀਏ, ਮਨ ਕਰਦਾ, ਪਰ ਉਹ ਜਿਹੜੇ ਰੱਖੇ ਆ ਉਹਨਾਂ ਨੇ ਨਹੀਂ ਨਹੀਂ ਰਹਿਣ ਦੇ, ਅਸੀਂ ਆਪ ਹੀ ਕਰ ਲਾਂਗੇ, ਮੈਂ ਤਾਂ ਕਈ ਵਾਰੀ ਫਿਰ ਜਾ ਕੇ ਉੱਥੇ ਵੀ ਲੱਗ ਜਾਂਦੀ ਹਾਂ ਕੰਮ ਨੂੰ। ਅੱਛਾ ਜੀ, ਇਹੀਓ ਤਾਂ ਗੱਲ ਹੁੰਦੀ ਹੈਗੀ ਆ ਬਈ, ਇੱਦਾਂ ਆ ਵੀ ਸਿਹਤ ਵੀ ਚੰਗੀ ਰਹਿੰਦੀ, ਜੀ ਵੀ ਲੱਗਾ ਰਹਿੰਦਾ ਹੈਗਾ, ਨਾਲੇ ਸਰੀਰ ਚੱਲਦਾ ਰਹੇ, ਵਧੀਆ ਰਹਿੰਦਾ ਆ ਨਾ। ਬਿਲਕੁਲ ਸਹੀ ਕਿਹਾ ਤੁਸੀਂ। ਚਲੋ ਕੋਈ ਨਹੀਂ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ, ਅਤੇ ਨਾਲ ਹੀ ਨਾਲ ਮੈਂ ਜਿਹੜਾ ਹੈਗਾ ਆ ਵੀ ਇੱਦਾਂ ਆ, ਆਹ ਕੱਪੜੇ ਤਾਂ ਪਾ ਲਿੱਤੇ ਹੈਗੇ, ਭਿਗੋ ਲਿੱਤੇ ਚੰਗੀ ਤਰ੍ਹਾਂ, ਹੁਣ ਇਹਨੂੰ ਜਲਦੀ ਦੇ ਨਾਲ ਧੋ ਵੀ ਲਵਾਂਗੇ, ਬਟ ਗੱਲਾਂ ਬਹੁਤ ਸੱਚ ਸਿਆਣੀਆਂ ਮਿਲਦੀਆਂ ਪਈਆਂ। ਉਹ ਆ ਭਾਂਡੇ ਤਾਂ ਇੱਥੇ ਰਹਿ ਗਏ, ਮੈਂ ਇਹਨੂੰ ਅੰਦਰ ਜਾ ਕੇ ਨਾ ਆਪਣੇ ਰਸੋਈ 'ਚ ਰੱਖ ਕੇ ਆਉਂਦੀ, ਤੁਸੀਂ ਤਾਂ ਕਹਿੰਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਓ, ਮਿਲਦੇ ਹਾਂ ਫਿਰ ਬ੍ਰੇਕ ਤੋਂ ਬਾਅਦ। ਚੱਲ ਗੁਲਾਬੋ, ਵੀ ਤੇਰੇ ਕੱਪੜਿਆਂ ਦਾ ਕੰਮ ਤਾਂ ਹੋ ਗਿਆ, ਪਾਣੀ 'ਚੋਂ ਵੀ ਕੱਢ ਲਿਆ, ਇਹਨੂੰ ਥੋੜ੍ਹਾ ਹੁਣ ਸੁੱਕਣੇ ਹੀ ਪਾ ਲੈਂਦੀ ਹਾਂ, ਸੁੱਕ ਜਾਣਗੇ ਤਾਂ ਵਧੀਆ ਰਹੂਗਾ, ਫਿਰ ਪ੍ਰੈਸ ਕਰ ਲਾਂਗੇ ਚੰਗੀ ਤਰ੍ਹਾਂ, ਇੱਥੇ ਪਾ ਲੈਂਦੀ ਹਾਂ ਥੋੜ੍ਹੇ। ਵੀ ਦੇਖੋ ਤੁਹਾਡੀ ਗੁਲਾਬੋ ਕਿੰਨੀ ਫਾਸਟ ਆ, ਇੱਥੇ ਹੁਣੇ ਕੱਪੜੇ ਭਿਗੋਏ ਸੀਗੇ, ਬਸ ਥਾਪੀ ਨੇ ਚੰਗੀ ਤਰ੍ਹਾਂ ਘੁੱਟ ਘੁੱਟ ਕੇ ਮੈਲ ਦੀ ਜਾਨ ਕੱਢ ਦਿੱਤੀ, ਅਤੇ ਕੱਪੜੇ ਐਨ ਸਾਫ਼ ਸੁਥਰੇ ਕਰ ਲਿੱਤੇ ਆ, ਬਸ ਹੁਣ ਇਹਨਾਂ ਨੂੰ ਸੁੱਕਣੇ ਪਾ ਦੇਣੇ, ਜਦੋਂ ਸੁੱਕ ਜਾਣਗੇ ਤਾਂ ਪ੍ਰੈਸ ਕਰ ਲਾਂਗੇ। ਆਹ ਚੱਲ ਬਈ, ਸਾਹ ਲੈ ਲਾ ਥੋੜ੍ਹਾ ਜਿਹਾ, ਓਹੋ ਹੋ ਹਜੇ ਤਾਂ ਝਾੜੂ ਮਾਰਨਾ ਵੀ ਪਿਆ, ਚਲੋ ਕੋਈ ਨਾ, ਥੋੜ੍ਹਾ ਸਾਹ ਲਿੱਤਾ ਜਾਵੇ ਤਾਂ ਵਧੀਆ ਆ। ਪਰ ਮੈਂ ਕਹਿੰਦੀ ਹਾਂ ਮਜ਼ਾ ਆ ਜਾਂਦਾ ਜਦੋਂ ਘਰ ਦਾ ਕੰਮ ਕਰਦੇ ਨਾ, ਕੱਪੜੇ ਕੀ ਧੋਣੇ, ਭਾਂਡੇ ਕੀ ਧੋਣੇ, ਵਧੀਆ ਰਹਿ ਜਾਂਦਾ। ਅੱਜ ਕੱਲ੍ਹ ਤਾਂ ਆ ਬਿਊਟੀ ਪਾਰਲਰ ਜਿਹੜਾ ਹੁੰਦਾ ਹੈ ਸਾਡੀਆਂ ਪਿੰਡ ਦੀਆਂ, ਤਾਂ ਸਾਰੀਆਂ ਕਹਿੰਦੀ ਬਿਊਟੀ ਪਾਰਲਰ ਜਾਣਾ, ਅਸੀਂ ਤਾਂ ਬਿਊਟੀ ਪਾਰਲਰ ਜਾਣਾ, ਆ ਗੁਲਾਬਾਂ ਨੂੰ ਬਿਊਟੀ ਪਾਰਲਰ ਜਾਣਾ ਬਿਲਕੁਲ ਪਸੰਦ ਨਹੀਂ ਹੈਗਾ। ਆ ਮੈਨੂੰ ਤਾਂ ਸਮਝ ਨਹੀਂ ਆਉਂਦਾ, ਇੱਕ ਪਾਸੇ ਬਿਊਟੀ ਪਾਰਲਰ ਆ, ਇੱਕ ਪਾਸੇ ਆਈਸਕ੍ਰੀਮ ਪਾਰਲਰ ਆ, ਭਲਾ ਦੋਵਾਂ ਵਿੱਚ ਡਿਫਰੈਂਸ ਕੀ ਆ? ਐਵੇਂ ਕਰੀਮ ਜਿਹੀਆਂ ਥੱਪ ਦਿੰਦੇ ਆ, ਉਹ ਜਿੱਦਾਂ ਕੋਣ ਹੁੰਦਾ ਕਰੀਮ ਜਿਹੀ ਥੱਪ ਦਿੱਤੀ ਆ, ਆ ਹੁਣ ਜਾਣਦੇ ਸਾਡੇ ਕਾਲਰ ਤੋਂ, ਭਲਾ ਉਹਨਾਂ ਦਾ ਕੀ ਕਹਿਣਾ ਆ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਬੋਲ ਰਹੀ ਹਾਂ ਰਮਨ, ਨਿਊ ਮੈਕਸੀਕੋ ਤੋਂ। ਰਮਨ ਜੀ, ਕਿਵੇਂ ਆ ਸਿਹਤਾਂ ਤੁਹਾਡੀਆਂ, ਤੇ ਉੱਥੇ ਦਾ ਵੈਦਰ ਕਿਵੇਂ ਆ, ਮੌਸਮ ਸਭ ਵਧੀਆ ਆ?
ਹਾਂਜੀ, ਸਿਹਤਾਂ ਬਹੁਤ ਵਧੀਆ ਨੇ, ਠੀਕ ਠਾਕ ਨੇ, ਤੁਸੀਂ ਠੀਕ ਠਾਕ ਹੋ? ਬਹੁਤ ਚੰਗੀਆਂ ਸਿਹਤਾਂ ਨੇ, ਅੱਜ ਤਾਂ ਮੈਂ ਕੱਪੜੇ ਧੋਤੇ ਸੀਗੇ ਬਾਹਰ, ਜਿਹੜਾ ਬੱਦਲ ਪਿਆ ਹੋਇਆ ਹੁਣ ਅੰਦਰ ਹੀ ਇੱਥੇ ਪਾਤੇ ਆ, ਮੈਂ ਕਿਹਾ ਚੱਲ ਇੱਥੇ ਹੀ ਸੁੱਕ ਜਾਣਗੇ, ਜਦੋਂ ਸੁੱਕਣਗੇ ਤਾਂ ਪ੍ਰੈਸ ਕਰ ਲਾਂਗੇ। ਹਾਂਜੀ ਹਾਂਜੀ, ਜੇ ਮਾੜੇ ਮੋਟੇ ਗਿੱਲੇ ਰਹਿ ਗਏ ਤਾਂ ਉਹ ਪ੍ਰੈਸ ਨਾਲ ਲੋਟ ਹੋ ਜਾਣਗੇ ਨਾ। ਹਾਂਜੀ ਹਾਂਜੀ। ਅੱਛਾ ਰਮਨ ਜੀ, ਮੈਨੂੰ ਦੱਸੋ ਪਹਿਲਾਂ ਤੁਹਾਡੇ ਕੀ ਵਿਚਾਰ ਦੇ, ਵੀ ਅੱਜ ਕੱਲ੍ਹ ਤਾਂ ਜਿੰਨਾ ਕੰਮ ਹੋ ਗਿਆ ਹੱਥੀਂ ਤਾਂ ਕਤਰਾਉਂਦੇ ਆ, ਬਹੁਤ ਸਾਰੇ ਲੋਕ ਜਿਹੜੇ ਆ ਸਿੱਧਾ ਹੀ ਮਸ਼ੀਨ ਦੇ ਵਿੱਚ ਕੱਪੜੇ ਪਾਏ ਧੁੱਪ ਗਏ, ਕੋਈ ਕੰਮ ਆ, ਹਰ ਕੋਈ ਕਹਿੰਦਾ ਸਾਨੂੰ ਰਿਮੋਟ ਦੇ ਦਿਓ, ਬਸ ਇਹਦੇ ਨਾਲ ਹੀ ਸਾਡੇ ਕੰਮ ਹੋ ਜਾਣੇ ਆ ਸਾਰੇ, ਵੀ ਭਾਂਡੇ ਧੋਣੇ ਸਿੱਧਾ ਉੱਥੇ ਪਾਏ ਧੁੱਪ ਗਏ ਸਭ ਕੁਝ ਆ, ਤੁਹਾਡਾ ਕੀ ਕਹਿਣਾ ਵੀ ਇਹ ਮਸ਼ੀਨੀ ਚੀਜ਼ਾਂ ਦੇ ਨਾਲ ਕੰਮ ਕਰਨਾ ਵਧੀਆ? ਮੇਰਾ ਵਿਚਾਰ ਕਲਾਬੋ ਜੀ ਇਹੀ ਆ ਵੀ ਜਿਹੜਾ ਹੱਥੀਂ ਕੰਮ ਕਰਨਾ ਉਹਦੇ ਨਾਲ ਨਾਲ ਤਾਂ ਸਿਹਤ ਚੰਗੀ ਰਹਿੰਦੀ ਆ, ਵਰਜਿਸ਼ ਹੁੰਦੀ ਰਹਿੰਦੀ ਆ ਬੰਦੇ ਦੀ, ਰਾਈਟ? ਹਾਂਜੀ ਬਿਲਕੁਲ। ਤੇ ਮਸ਼ੀਨ ਦੇ ਨਾਲ ਉਹਨਾਂ ਹੀ ਬੰਦਾ ਲੇਜ਼ੀ ਬਣ ਜਾਂਦਾ। ਆਲਸਪੁਣਾ ਬਹੁਤ ਆ ਜਾਂਦਾ ਆ। ਆਲਸਪੁਣਾ ਵਾ ਜਿਹੜਾ ਬੰਦਾ ਉਹਨਾਂ ਹੀ ਲੇਜ਼ੀ ਬਣ ਜਾਂਦਾ, ਤੇ ਜਿੰਨਾ ਹੱਥੀਂ ਕੰਮ ਕੀਤਾ ਜਾਵੇ ਉਹਦੇ ਨਾਲ ਸਿਹਤ ਵੀ ਵਧੀਆ ਰਹਿੰਦੀ ਆ। ਮੇਰੇ ਹਿਸਾਬ ਨਾਲ ਤਾਂ ਹੱਥ ਵਾਲਾ ਕੰਮ ਚੰਗਾ ਵਾ ਗੁਲਾਬੋ ਜੀ। ਸੱਚੀ ਗੱਲ ਆ। ਹੁਣ ਦੇਖੋ ਅਸੀਂ ਘਰੇ ਮਸ਼ੀਨਾਂ ਦੇ ਨਾਲ ਕੰਮ ਕਰਦੇ ਆ, ਫਿਰ ਕਹਿੰਦੇ ਆ ਜੀ ਬੜਾ ਆਲਸ ਹੋ ਗਿਆ, ਟਾਈਮ ਕਿਵੇਂ ਕੱਢੀਏ, ਫਿਰ ਬਸ ਬਾਹਰ ਜਾ ਕੇ ਥੋੜਾ ਹੋ ਜਾਂਦਾ, ਨਹੀਂ ਤਾਂ ਬਹੁਤ ਸਾਰੀ ਧੀਵੀਆਂ ਤਾਂ ਬਿਊਟੀ ਪਾਰਲਰ 'ਚ ਚੱਲ ਜਾਂਦੀਆਂ ਨੇ। ਤੁਹਾਨੂੰ ਬਿਊਟੀ ਪਾਰਲਰ ਜਾਣਾ ਪਸੰਦ ਆ ਵੈਸੇ? ਨਹੀਂ ਗੁਲਾਬੋ ਜੀ, ਮੈਂ ਜਾਂਦੀ ਨਹੀਂ ਹੈਗੀ ਬਿਊਟੀ ਪਾਰਲਰ, ਮੈਂ ਨਾ ਕਦੇ ਗਈ ਹੋਈ ਆ, ਨਾ ਹੀ ਮੈਨੂੰ ਪਸੰਦ ਹੀ ਆ ਜਾਣਾ। ਅੱਛਾ ਜੀ ਅੱਛਾ। ਰਮਨ ਜੀ ਬਹੁਤ ਵਧੀਆ ਲੱਗਾ, ਚੰਗਾ ਲੱਗਾ ਤੁਹਾਡੇ ਤੋਂ ਸੁਣ ਕੇ। ਮੈਂ ਕਾਲ ਕੀਤੀ ਆ ਤੁਹਾਡੇ ਸਟੂਡੀਓ ਦੇ ਵਿੱਚ, ਤੇ ਹੁਣ ਮੈਂ ਹਮੇਸ਼ਾ ਫੋਨ ਕਰਿਆ ਕਰੂੰਗੀ, ਰਾਈਟ? ਜ਼ਰੂਰ ਜੀ ਜ਼ਰੂਰ, ਤੁਸੀਂ ਕਰੋਗੇ ਸਾਡੇ ਨਾਲ ਬਾਤਾਂ ਮਾਰੋਗੇ ਤੇ ਗੁਲਾਬੋ ਵੀ ਖੁਸ਼ੀ ਦਿੰਦੀ ਹੈ। ਚਲੋ ਜੀ, ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ, ਧੰਨਵਾਦ ਬਹੁਤ ਬਹੁਤ। ਆਓ ਸਾਡੇ ਨੈਕਸਟ ਕਾਲਰ ਤੋਂ ਜਾਂਦੇ, ਵੀ ਇੰਨੇ ਇੰਨੇ ਪਿਆਰੇ ਪਿਆਰੇ ਕਾਲਰਸ ਜਦੋਂ ਗੱਲਾਂ ਬਾਤਾਂ ਕਰਨ ਲਈ ਆਉਂਦੇ ਸਾਡਾ ਤਾਂ ਦਿਨ ਬਣ ਜਾਂਦਾ ਆ। ਹੈਲੋ ਹੈਲੋ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਆਵਾਜ਼ ਆ ਰਹੀ ਹੈ? ਹਾਂਜੀ ਆਵਾਜ਼ ਆ ਰਹੀ ਹੈ। ਮੈਂ ਕਿਹਾ ਜੀ ਗੁਲਾਬ ਨੂੰ ਫੇਰ ਸੁਣਦੇ ਹੋ, ਤੁਸੀਂ ਗੁਲਾਬ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲ ਰਹੇ ਹੋ ਤੁਸੀਂ? ਮੈਂ ਜਸਵਿੰਦਰ ਬੋਲ ਰਹੀ ਕੈਲਗਰੀ ਤੋਂ। ਜਸਵਿੰਦਰ ਜੀ ਕਿਵੇਂ ਆ ਸੇਤਾ? ਹਾਂ ਠੀਕ ਆ ਜੀ, ਬਿਲਕੁਲ ਠੀਕ ਠਾਕ। ਅੱਛਾ ਤੁਸੀਂ, ਮੇਰੀਆਂ ਤਾਂ ਬਹੁਤ ਵਧੀਆ ਨੇ, ਜਦੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਤਾਂ ਬਹੁਤ ਚੰਗਾ ਲੱਗਦਾ ਆ, ਵੀ ਇੰਨੇ ਸਾਡੇ ਪਿਆਰੇ ਪਿਆਰੇ ਕਾਲਜ ਨੇ। ਮੈਂ ਤੁਹਾਡਾ ਸ਼ੋਅ ਆਲਵੇਜ਼ ਵਾਚ ਕਰਦੀ ਹਾਂ, ਇਟਸ ਵੈਰੀ ਨਾਈਸ, ਤੁਹਾਡਾ ਸ਼ੋਅ ਬਹੁਤ ਵਧੀਆ ਹੁੰਦਾ। ਥੈਂਕ ਯੂ ਜੀ, ਥੈਂਕ ਯੂ। ਅੱਛਾ ਮੈਨੂੰ ਦੱਸੋ ਪਹਿਲਾਂ ਤੁਹਾਡਾ ਕੀ ਕਹਿਣਾ ਹੈਗਾ, ਵੀ ਅੱਜ ਕੱਲ੍ਹ ਜਿੰਨਾ ਮਸ਼ੀਨੀ ਹੋ ਗਿਆ, ਜਿੰਨਾ ਮਸ਼ੀਨਾਂ ਸਾਡੀ ਹੈਲਪ ਕਰਦੀਆਂ ਨੇ, ਮਦਦ ਕਰਦੀਆਂ ਨੇ, ਬਈ ਓਨਾ ਹੀ ਹੋ ਜਾਂਦਾ ਕਿ ਬੰਦਾ ਆਲਸ ਹੀ ਹੋ ਜਾਂਦਾ, ਆਲਸਪੁਣ ਇੰਨਾ ਫੈਲ ਜਾਂਦਾ ਵੀ ਹਿੱਲਣ ਦਾ ਮਨ ਹੀ ਨਹੀਂ ਕਰਦਾ, ਬਸ ਇੱਕ ਪਾਸੇ ਬੈਠ ਕੇ ਸਾਰਾ ਮਸ਼ੀਨ ਦੇ ਨਾਲ ਕੰਮ ਕਰ ਲਓ। ਤੁਹਾਡਾ ਕੀ ਕਹਿਣਾ ਇਸ ਬਾਰੇ? ਹਾਂਜੀ ਹਾਂ, ਮੈਂ ਵੈਸੇ ਖੁਦ ਹੱਥੀਂ ਕੰਮ ਕਰ ਕੇ ਮੈਂ ਲਾਈਕ ਕਰਦੀ ਹਾਂ। ਅੱਛਾ ਜੀ, ਹਾਂਜੀ ਹਾਂਜੀ, ਬਹੁਤ ਚੰਗਾ ਲੱਗਦਾ ਜੀ। ਮੈਂ ਤੇ ਹਾਂਜੀ, ਆਪ ਕੰਮ ਕਰਨਾ ਚੰਗਾ ਲੱਗਦਾ। ਹਾਂਜੀ ਬਿਲਕੁਲ, ਸਿਹਤਾਂ ਵੀ ਵਧੀਆ ਰਹਿੰਦੀਆਂ ਨੇ, ਹੁਣ ਘਰ ਦਾ ਝਾੜੂ ਵੀ ਲਾਉਣਾ। ਹਾਂ ਉੱਥੇ ਤਾਂ ਕਹਿੰਦੇ ਆ, ਹਾਂਜੀ ਉੱਥੇ ਤਾਂ ਕਹਿੰਦੇ ਆ ਡੰਡੀ ਵਾਲਾ ਪੋਚਾ ਵੀ ਹੋਣਾ, ਇੱਥੇ ਦੀਆਂ ਧੀਵੀਆਂ ਵੀ ਸਾਡੇ ਪਿੰਡ ਦੀ ਨਾਲ ਦੀ ਹੈਗੀ, ਬਈ ਇੰਨੀ ਕੰਮ ਚੋਰ ਆ, ਕਹਿੰਦੀ ਮੈਂ ਇੱਥੇ ਬੈਠਾ ਨਾ ਮੇਰਾ ਲੱਕ ਦੁਖਦਾ, ਮੈਂ ਤਾਂ ਡੰਡੀ ਵਾਲੇ ਪੋਚੇ ਦੇ ਨਾਲ ਸਫਾਈ ਕਰੂੰਗੀ, ਵੀ ਇੱਦਾਂ ਹੁੰਦਾ? ਆਹੋ ਸੱਚੀ ਜੀ ਸੱਚੀ, ਮੈਨੂੰ ਤਾਂ ਜਿਹੜਾ ਕੰਮ ਹੈਗਾ ਇੱਦਾਂ ਕਰਾਂਗੇ, ਨਾਲੇ ਸਾਡੇ ਸਰੀਰ ਦੀ ਜਿਹੜੀ ਹੈਗੀ ਵਧੀਆ ਵਰਜਿਸ਼ ਹੋ ਜਾਂਦੀ, ਫਿਰ ਸਾਨੂੰ ਜਿੰਮਾਂ ਦੇ ਵਿੱਚ ਇੱਧਰ ਉੱਧਰ ਭੱਜਣ ਦੀ ਕੀ ਲੋੜ ਆ, ਹੈ ਕਿ ਨਹੀਂ? ਸਹੀ ਗੱਲ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ ਜਿੰਨਾ ਵੀ ਤੁਹਾਡੀ ਐਕਸਰਸਾਈਜ਼ ਹੋ ਜਾਏ ਬੋਡੀ ਦੀ ਉਹਨੀ ਠੀਕ ਹੈ, ਤੁਸੀਂ ਹੈਲਥੀ ਰਹਿੰਦੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਵੀ ਐ ਨਹੀਂ ਹੁੰਦਾ ਸਾਡੇ ਨੂੰ ਡਾਕਟਰ ਦੇ ਕੋਲ ਭੱਜਣ ਦੀ ਲੋੜ ਨਹੀਂ ਪੈਂਦੀ, ਉਦਾਂ ਹੀ ਸਿਹਤਾਂ ਚੰਗੀਆਂ ਨੇ, ਚੰਗੀ ਖੁਰਾਕ ਖਾਂਦੇ ਆ, ਵਧੀਆ ਘਰ ਦਾ ਕੰਮ ਕਰਦੇ ਆ। ਹਾਂਜੀ ਹਾਂਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਮੈਨੂੰ ਦੱਸੋ ਤੁਸੀਂ ਭਲਾ, ਜਿਹੜਾ ਬਿਊਟੀ ਪਾਰਲਰ ਦੇ ਵਿੱਚ ਆਹ ਜਨਾਨੀਆਂ ਜਾਂਦੀਆਂ ਨੇ, ਭਲਾ ਤੁਹਾਨੂੰ ਵੀ ਸ਼ੌਂਕ ਹੈਗਾ ਬਿਊਟੀ ਪਾਰਲਰ 'ਚ ਜਾਣ ਦਾ? ਹਾਂਜੀ ਹਾਂਜੀ, ਮੈਨੂੰ ਵੀ ਸ਼ੌਕ ਹੈਗਾ। ਅੱਛਾ ਸ਼ੌਕ ਹੈਗਾ, ਵਧੀਆ ਹੈ, ਵਧੀਆ ਬਹੁਤ ਸੋਹਣਾ, ਮੈਨੂੰ ਤੁਹਾਡਾ ਅੱਜ ਸੂਟ ਬਹੁਤ ਸੋਹਣਾ ਲੱਗਦਾ। ਅੱਛਾ ਸੋਹਣਾ ਲੱਗਣ ਦੇ ਆ। ਹਾਂਜੀ ਹਾਂਜੀ, ਥੈਂਕ ਯੂ ਜੀ ਥੈਂਕ ਯੂ। ਬਈ ਜਦੋਂ ਤਾਰੀਫ ਸੁਣਨ ਨੂੰ ਮਿਲਦੀ ਆ ਨਾ, ਉਦਾਂ ਹੀ ਤਾਂ ਦੇਖੋ ਦਿਲ ਪੂਰਾ ਖੁਸ਼ ਹੋ ਜਾਂਦਾ ਆ। ਅੱਛਾ ਮੈਨੂੰ ਦੱਸੋ ਤੁਹਾਡੇ ਉੱਧਰ ਮੌਸਮ ਕਿੱਧਰ? ਇੱਥੇ ਤਾਂ ਸਾਡੇ ਮੌਸਮ ਦੇ ਇੱਥੇ ਬੱਦਲ ਮੀਂਹ ਵਰਸੀ ਜਾਂਦਾ, ਬੱਦਲ ਲੈਣ ਬਣੇ ਪਏ ਆ। ਨਹੀਂ ਸਾਡੇ ਤਾਂ ਬਹੁਤ ਅੱਛਾ ਸੀ ਵੈਦਰ, ਹਾਂਜੀ ਅੱਜ ਪਲੱਸ ਟੈਂਪਰੇਚਰ ਸੀਗਾ। ਅੱਛਾ ਧੁੱਪ ਤਾਂ ਚੜ੍ਹਦੀ ਹੈ? ਧੁੱਪ ਤਾਂ ਚੜ੍ਹਦੀ ਹੈ? ਹਾਂਜੀ ਹਾਂਜੀ ਹਾਂਜੀ, ਧੁੱਪ ਬਿਲਕੁਲ, ਅੱਜ ਸਨੀ ਡੇ ਸੀ। ਹਾਂਜੀ ਬਹੁਤ ਬਹੁਤ ਵਧੀਆ ਸੀ। ਚਲੋ ਜੀ ਗੁਲਾਬੋ ਅਰਦਾਸ ਕਰਦੀ ਹੈ ਵੀ ਤੁਹਾਡਾ ਜਿਹੜਾ ਦਿਨ ਨਾ ਬਹੁਤ ਚੰਗਾ ਜਾਵੇ, ਤੇ ਬਹੁਤ ਖੁਸ਼ੀ ਹੋਈ ਤਾਂ ਨਾਲ ਗੱਲ ਕਰਕੇ ਜੀ, ਧੰਨਵਾਦ। ਹਾਂਜੀ ਓਕੇ, ਸੋਰੀ, ਧੰਨਵਾਦ ਜੀ ਧੰਨਵਾਦ। ਹਾਂ ਜੀ ਸਾਡੇ ਅਗਲੇ ਕਾਲਰ ਤੋਂ ਜਾਣਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈਗਾ ਵਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ ਜੀ, ਕੀ ਹਾਲ ਚਾਲ ਹੈ ਜੀ, ਕੌਣ ਬੋਲਦੇ ਪਏ ਹੋ? ਮੇਰਾ ਨਾਮ ਬੱਬੂ ਆ। ਬੱਬੂ ਜੀ ਕੀ ਬਾਤ ਹੈ ਜੀ, ਸੋ ਤੁਸੀਂ ਦੱਸੋ ਫਿਰ ਘਰ ਦਾ ਕੰਮ ਸਾਰਾ ਮੁਕਾ ਲਿਆ?
ਹੋਰ ਭੈਣੇ ਜੀ ਮਕਾ ਕੇ ਪੁਰਾਣੇ ਉਹ ਪ੍ਰਾਹੁਣੇ ਆਏ ਆ ਤੇ ਹੁਣ ਦੋ ਦਿਨ ਸਬਜ਼ੀਆਂ ਬਣਾ ਕੇ ਹਟੀ ਆ। ਅੱਛਾ ਕਿਹੜੀ ਕਿਹੜੀ ਸਬਜ਼ੀ ਬਣਾਈ ਫਿਰ? ਇੱਕ ਤੇ ਗੋਭੀ ਦੀ ਬਣਾਈ ਆ, ਇੱਕ ਦਾਲ ਚੌਲ ਬਣਾਏ ਆ, ਇੱਕ ਮਟਰਾਂ ਵਾਲੀ ਤਰੀ ਆਲੂ ਮਟਰਾਂ। ਹਾਏ ਕੀ ਬਾਤ ਹੈ ਜੀ, ਸੁਣ ਕੇ ਮੂੰਹ ਚ ਪਾਣੀ ਆ ਗਿਆ। ਤੁਹਾਨੂੰ ਪਤਾ ਆ ਜਦੋਂ ਮੇਰੇ ਰਿਸ਼ਤੇਦਾਰਾਂ ਨੇ ਆਣਾ ਸੀ ਦੋ ਦਿਹਾੜੀਆਂ ਰਹਿ ਕੇ ਗਏ ਆ, ਮੈਨੂੰ ਸਮਝ ਨਾ ਆਵੇ ਮੈਂ ਕੀ ਬਣਾਵਾਂ। ਫਿਰ ਮੈਂ ਤੁਹਾਡੇ ਸਭ ਤੋਂ ਪੁੱਛਿਆ, ਮੈਨੂੰ ਦੱਸਿਆ ਕਹਿੰਦੇ ਆਲੂ ਵਾਲੀ ਤਰੀ ਬਣਾ ਲਓ ਕੁੱਝ ਬਣਾਵੇ। ਮੈਂ ਇੰਨਾ ਵਧੀਆ ਬਣਾਇਆ ਨਾ, ਬਸ ਰਿਸ਼ਤੇਦਾਰ ਖੁਸ਼ ਹੀ ਹੋਵੇ। ਤੇ ਮੈਂ ਨਾ ਹੋਰ ਦੱਸਦੀ ਆ, ਮੈਂ ਸਵੇਰ ਦੀ ਤਿਆਰੀ ਲਈ ਚਨੇ ਉਬਾਲੇ ਪਏ ਤੇ ਭਟੂਰਿਆਂ ਦਾ ਆਟਾ ਵੀ ਗੁੰਨ ਕੇ ਰੱਖ ਲਿਆ। ਅੱਛਾ ਹਾਏ ਸੱਚੀ, ਫਿਰ ਇੰਨਾ ਹੀ ਘਰ ਦੇ ਵਿੱਚ ਵਧੀਆ ਬਣ ਜਾਂਦਾ, ਬੰਦੇ ਨੂੰ ਬਾਹਰ ਜਾਣ ਦੀ ਕੀ ਲੋੜ ਹੈਗੀ ਹਨਾ। ਇੱਥੇ ਸਾਡੇ ਨਾ ਪਤਾ ਕੀ ਆ, ਸਾਰੇ ਕੰਮ ਅਸੀਂ ਆਪ ਹੀ ਕਰਦੇ ਆ। ਇੰਡੀਆ ਜੇ ਤਾਂ ਤੁਹਾਨੂੰ ਮੌਜਾਂ ਆ, ਨੌਕਰ ਚਾਕਰ ਇੱਥੇ ਨੀ ਮਿਲਦੇ ਹੈਗੇ। ਨਾ ਨਾ ਮੈਂ ਦੇਖੋ ਵੀ ਇੱਥੋਂ ਦਾ ਅੱਗੇ ਗੁਲਾਬੋ ਜੀ ਬਿਊਟੀ ਪਾਰਲਰ ਦਾ ਵੀ ਘਰ ਹੀ ਖਰੀਦਾ, ਆਪ ਹੀ ਕੰਮ ਥਰੈਡਿੰਗ ਮੈਂ ਕਰ ਲੈਣੀ ਆਪਣੀ ਆਪ ਹੀ। ਅੱਛਾ ਵਧੀਆ, ਫਿਰ ਬਿਊਟੀ ਪਾਰਲਰ ਜਾਣ ਦੀ ਵੀ ਲੋੜ ਨਹੀਂ ਪੈਂਦੀ, ਨਾਲੇ ਘਰ ਦਾ ਕੰਮ ਵੀ ਆਪ ਕਰਦਾ, ਖਾਣਾ ਵੀ ਆਪ ਬਣਾਉਣਾ। ਬਈ ਇੱਥੇ ਨੌਕਰ ਵਗੈਰਾ ਤਾਂ ਰੱਖਦੇ, ਪਰ ਸਾਡੇ ਪਿੰਡ ਦੇ ਵਿੱਚ ਜਿੰਨੀਆਂ ਧੀਵੀਆਂ ਨੇ ਉਦਾਂ ਦਾ ਕੰਮ ਕਰ ਲੈਂਦੇ, ਥੋੜੀਆਂ ਕੰਮ ਚੋਰ ਆ। ਇੱਥੇ ਤਾਂ ਬਹੁਤ ਮਹਿੰਗਾ ਬਿਊਟੀ ਪਾਰਲਰ ਨਹੀਂ, ਇੰਨਾ ਫੁੱਲ ਹੁੰਦੇ। ਅੱਛਾ ਜੀ, ਬਈ ਮੈਂ ਤਾਂ ਦੇਖ ਲਓ ਸਾਡਾ ਤਾਂ ਹੁੰਦਾ ਘਰ ਦੇ ਵਿੱਚ ਲੇਪ ਬਣਾ ਲੈਂਦੇ ਆ। ਤੇ ਬਈ ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਸੀਂ ਆਪਣਾ ਸਾਰਾ ਕੰਮ ਇੰਨੇ ਵਧੀਆ ਵਧੀਆ ਪਕਵਾਨ ਵੀ ਬਣਾ ਲੈਂਦੇ, ਬਹੁਤ ਵਧੀਆ ਲੱਗਿਆ ਜੀ, ਧੰਨਵਾਦ। ਸੋ ਜੀ ਕਿੰਨਾ ਵਧੀਆ ਲੱਗਦਾ ਨਾ ਜਦੋਂ ਬੰਦਾ ਆਪਣੇ ਹੱਥੀਂ ਕੰਮ ਕਰਦਾ, ਰਿਸ਼ਤੇਦਾਰ ਵੀ ਘਰ ਆਏ ਖੁਸ਼ ਹੋ ਜਾਂਦੇ ਆ। ਆਓ ਸਾਡੇ ਅਗਲੇ ਕਾਲਰ ਤੋਂ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਪਏ ਹੋ? ਅੰਮ੍ਰਿਤ। ਅੰਮ੍ਰਿਤ, ਤੁਸੀਂ ਕਲਾਸ ਕਿਹੜੀ ਚ ਸਟੱਡੀ ਕਰਦੇ ਹੋ? ਕਿੰਡਰਗਾਰਟਨ। ਅੱਛਾ ਅੱਛਾ ਅੰਮ੍ਰਿਤ, ਮੈਨੂੰ ਦੱਸੋ ਤੁਹਾਨੂੰ ਫਿਰ ਕਿੱਦਾਂ ਲੱਗਦਾ ਘਰ ਦੇ ਵਿੱਚ, ਤੁਸੀਂ ਵੀ ਥੋੜਾ ਥੋੜਾ ਕੰਮ ਕਰਦੇ ਹੁੰਦੇ ਹੋ ਕਿ ਬਸ ਮੰਮੀ ਨੂੰ ਰੋਬ ਜਮਾਉਂਦੇ ਮੰਮੀ ਮੇਰਾ ਇਹ ਕੰਮ ਕਰ ਦਿਓ? ਹੈਲਪ। ਹੈਲਪ ਕਰਦੇ ਹੁੰਦੇ ਆ? ਹਾਏ ਸਦਕੇ ਜਾਵਾਂ ਅੰਮ੍ਰਿਤ। ਅੱਛਾ ਕੀ ਹੈਲਪ ਕਰਦੇ ਹੁੰਦੇ ਹੋ ਮੰਮਾ ਦੀ? ਮੰਮਾ ਦੇ ਨਾਲ ਕੱਪੜੇ ਕੁਪੜੇ ਸੰਭਾਲ ਦਿੰਦੇ ਹੋ? ਹੈਂ ਬਈ ਦੇਖੋ ਕਿੰਨਾ ਵਧੀਆ ਲੱਗਦਾ ਪਿਆ। ਅੱਛਾ ਅੰਮ੍ਰਿਤ ਮੈਨੂੰ ਆਹ ਦੱਸੋ, ਬਈ ਇੱਦਾਂ ਹੁੰਦਾ ਜਦੋਂ ਘਰ ਦੇ ਵਿੱਚ ਰੌਣਕ ਹੁੰਦੀ, ਰਿਸ਼ਤੇਦਾਰ ਆਉਂਦੇ, ਤੁਹਾਨੂੰ ਕਿਵੇਂ ਲੱਗਦਾ? ਤੁਹਾਡੇ ਕਿੰਨੇ ਫਰੈਂਡ, ਤੁਸੀਂ ਮੇਰੇ ਫਰੈਂਡ ਬਣ ਜਾਓਗੇ? ਹਾਂਜੀ। ਹਾਏ ਸੋ ਸਵੀਟ, ਬਹੁਤ ਵਧੀਆ ਲੱਗਾ ਜੀ। ਅੱਛਾ ਮੈਨੂੰ ਦੱਸੋ ਤੁਸੀਂ ਫਿਰ ਆਪਣੀ ਗੁਲਾਬੋ ਦੀਦੀ ਨੂੰ ਅੱਜ ਕੀ ਕਹਿਣਾ ਚਾਹੋਗੇ? ਗੁਲਾਬੋ ਦੀਦੀ ਵਧੀਆ ਲੱਗਦੀ ਆ? ਹਾਂਜੀ ਹਾਂਜੀ, ਬੜਾ ਸਵੀਟ ਹੈ ਅੰਮ੍ਰਿਤ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਅੱਛਾ ਮੰਮੀ ਜੀ ਵੀ ਤੁਹਾਡੇ ਨਾਲ ਹੀ ਆ ਫਿਰ? ਹਾਂਜੀ। ਅੱਛਾ ਮੰਮੀ ਜੀ ਫਿਰ ਤੁਹਾਡੇ ਨਾਲ ਗੱਲਾਂ ਸੁਣਦੇ ਪਏ ਆ, ਕਿਆ ਬਾਤ ਹੈ ਜੀ, ਬਹੁਤ ਵਧੀਆ ਲੱਗਿਆ। ਥੈਂਕ ਯੂ ਅੰਮ੍ਰਿਤ ਸਾਡੇ ਨਾਲ ਗੱਲ ਕਰਨ ਦੇ ਲਈ। ਦੇਖੋ ਜੀ ਇੰਨੀ ਖੁਸ਼ੀ ਹੁੰਦੀ ਆ ਜਦੋਂ ਸਾਰੇ ਜਾਣੇ ਫੋਨ ਕਰਦੇ ਆ, ਵੀ ਸਾਡੇ ਨਾਲ ਗੱਲਾਂ ਸਾਂਝੀਆਂ ਕਰਦੇ, ਗੱਲਾਂ ਬਾਤਾਂ ਕਰਦੇ। ਮੈਂ ਕਹਿੰਦੀ ਆ ਜੀ ਦਿਲ ਨੂੰ ਠੰਡ ਪੈ ਜਾਂਦੀ ਆ। ਪਰ ਸਾਡੇ ਅਗਲੇ ਕਾਲਰ ਤੋਂ ਵੀ ਜਾਣ ਲੈਂਦੇ ਹਾਂ ਉਹਨਾਂ ਦਾ ਕੀ ਕਹਿਣਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ ਮਾਸੀ, ਕੀ ਹਾਲ ਚਾਲ ਹੈ ਤੁਹਾਡਾ, ਕੌਣ ਬੋਲਦੇ ਪਏ ਹੋ? ਠੀਕ ਹੈ ਮਾਸੀ, ਮੈਂ ਇੱਥੇ ਨਿਊਯਾਰਕ ਤੋਂ ਬੋਲਦਾ। ਅੱਛਾ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਨਹੀਂ ਹੈਗਾ ਕੋਈ ਵੀ। ਓਹ ਤੁਹਾਡਾ ਨਾਮ ਨਹੀਂ ਹੈ, ਕਿਉਂ ਕੀ ਹੋ ਗਿਆ? ਨਹੀਂ ਮੈਂ ਨਿੱਕਾ ਜਿਹਾ ਬੱਚਾ, ਮੇਰੀ ਘਰ ਵਾਲੀ ਨੇ ਮਨਾ ਕੀਤਾ ਨਾਮ ਦੱਸਣ ਦਾ। ਅੱਛਾ ਅੱਛਾ, ਤੇ ਤੁਹਾਡੇ ਘਰ ਵਾਲੇ ਕਿੱਧਰ ਆ? ਦੇਖੋ ਹਾਸੀ ਮਜ਼ਾਕ ਆ ਜਿਹੜੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਹੁੰਦਾ ਆ। ਨਹੀਂ ਬੇਟਾ ਬਸ ਬਸ, ਥੈਂਕ ਯੂ ਬੇਟਾ, ਸ਼ੁਕਰੀਆ ਜੀ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ, ਕੋਈ ਨੀ। ਅੱਛਾ ਬਹੁਤ ਬਹੁਤ ਸ਼ੁਕਰੀਆ ਜੀ। ਬਈ ਦੇਖੋ ਜਦੋਂ ਸਾਡੇ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਹੋ, ਦਿਲ ਖੁਸ਼ ਹੋ ਜਾਂਦਾ, ਐਵੇਂ ਹੱਸਦੇ ਰਿਹਾ ਕਰੋ, ਕਹਿੰਦੇ ਨੀ ਹੈਗੇ ਹੱਸੇ ਭੇਜਿਆ ਕਰੋ ਖੁਸ਼ੀਆਂ ਮਿਲਣਗੀਆਂ ਖੁਸ਼ੀਆਂ। ਬਈ ਪੌਦੇ ਵੀ ਨਾਲ ਭੇਜੋ, ਸਾਡਾ ਜਿਹੜਾ ਵਾਤਾਵਰਨ ਹੈ ਉਹਦਾ ਵੀ ਤਾਂ ਧਿਆਨ ਰੱਖਣਾ ਹੁੰਦਾ। ਅਤੇ ਬਈ ਇੱਦਾਂ ਹੀ ਹੱਸੀਆਂ ਦੇ ਨਾਲ ਖੁਸ਼ੀਆਂ ਦੇ ਨਾਲ ਵਿਹਲਾ ਕੱਢਦੇ ਰਹੋ। ਫਿਲਹਾਲ ਵਿਹਲਾ ਕਹਿੰਦਾ ਹੈਗਾ ਇੱਕ ਨਿੱਕੀ ਜਿਹੀ ਬ੍ਰੇਕ ਲੈਣੀ ਪੈਣੀ, ਬ੍ਰੇਕ ਤੋਂ ਬਾਅਦ ਇੱਦਾਂ ਹੀ ਹਾਜ਼ਰ ਰਹਾਂਗੇ ਅਤੇ ਗੱਲਾਂ ਬਾਤਾਂ ਕਰਦੇ ਰਹਾਂਗੇ ਗੁਲਾਬੋ ਦੇ ਨਾਲ। ਲਓ ਫਿਰ ਇੱਕ ਬ੍ਰੇਕ। ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀਆਂ, ਚੱਲ ਵੀ ਗੁਲਾਬੋ
ਝਾੜੂ ਵੀ ਪੂਰਾ ਹੋ ਗਿਆ। ਦੇਖੋ ਜੀ ਕਿੰਨਾ ਵਧੀਆ ਲੱਗਦਾ ਜਦੋਂ ਘਰ ਦਾ ਕੰਮ ਕਰਦੇ ਹੋਏ ਐਵੇਂ ਗੁਣਗੁਣਾਉਂਦੇ ਰਹੋ, ਬਈ ਟਾਈਮ ਬਹੁਤ ਚੰਗਾ ਲੱਗ ਜਾਂਦਾ, ਨਾਲੇ ਖੁਸ਼ੀਆਂ ਭਰਾ ਰਹਿੰਦਾ। ਹੁਣ ਤੁਹਾਡੇ ਨਾਲ ਗੱਲਾਂ ਕਰਕੇ ਵੀ ਤਾਂ ਬਸ ਹੱਸਦੇ ਬੀਜੇ ਜਾ ਰਹੇ ਨੇ, ਇੰਨਾ ਮਜ਼ਾ ਆਈ ਜਾਂਦਾ ਨਾ। ਮੈਂ ਕਹਿੰਦੀ ਬਸ ਕਹਿਣ ਦੀ ਹੱਦ ਹੀ ਨਹੀਂ ਹੈਗੀ ਵੀ ਘਰ ਦਾ ਕੰਮ ਵੀ ਕਰੀ ਚਲੋ, ਨਾਲੇ ਤੁਹਾਡੇ ਨਾਲ ਗੱਲਾਂ ਵੀ ਕਰੀ ਜਾਓ। ਬਹੁਤ ਚੰਗਾ ਲੱਗਦਾ ਹੈਗਾ। ਸਮਾਂ ਹੁੰਦਾ ਸੀਗਾ ਕਿੱਥੇ ਜਿਹੜਾ ਬਨੇਰੇ ਉੱਤੇ ਉਹ ਦੀਵੇ ਬਾਲ ਕੇ ਰੱਖਣੇ, ਇੰਨੇ ਇੰਨੇ ਵਧੀਆ ਗਾਣੇ ਹੁੰਦੇ ਸੀ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ, ਅਤੇ ਹੁਣ ਬਈ ਸਿੱਧਾ ਇਹ ਲਾਈਟਾਂ ਲੱਗੀਆਂ, LED ਵਾਲੇ ਬੱਲਬ ਆ ਚੁੱਕੇ ਨੇ, ਆਹੀ ਤਾਂ ਮਸ਼ੀਨੀ ਯੁੱਗ ਹੋ ਗਿਆ। ਚਲੋ ਕੋਈ ਨਾ, ਰੋਸ਼ਨੀਆਂ ਚਮਚਮ ਆਉਂਦਾ ਰਹਿੰਦਾ, ਸਾਡੇ ਕਾਲਰ ਤੋਂ ਜਾਣਦੇ ਹਾਂ। ਹੈਲੋ, ਹੈਲੋ, ਦੂਰ ਤਾਂ ਨਾ ਭੱਜ। ਮੈਂ ਕਿਹਾ ਜੀ ਨਹੀਂ ਭੱਜਦੇ, ਅਸੀਂ ਇੱਥੇ ਹੀ ਆ। ਹੈਲੋ, ਕੋਈ ਨਹੀਂ ਭੱਜਿਆ, ਕੋਈ ਨਹੀਂ ਭੱਜਿਆ, ਇੱਥੇ ਹੀ ਆ ਸਾਰੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਦਲਜਿੰਦਰ ਸਿੰਘ ਬੋਲਦਾ ਜੀ। ਦਲਜਿੰਦਰ ਸਿੰਘ ਜੀ ਕਿਵੇਂ ਨੇ ਸੇਤਾ? ਉਹ ਨਹੀਂ ਜੀ, ਮੈਂ ਮੇਰੀ ਭੈਣ ਨੂੰ ਆਖਿਆ ਸੀ ਮੀਨਾ ਨੂੰ। ਹਾਂਜੀ, ਕੀ ਹਾਲ ਹੈ ਜੀ? ਮੈਂ ਕਿਹਾ ਜੀ ਬਹੁਤ ਵਧੀਆ। ਅੱਛਾ, ਤੁਹਾਡੀ ਭੈਣ ਜੀ ਮੀਨਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ? ਬਹੁਤ ਵਧੀਆ ਜੀ। ਆ ਮੀਨਾ ਜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਜੀ। ਮੈਂ ਕਿਹਾ ਜੀ ਕਰਾਓ ਜੀ, ਕਰਾਓ, ਜ਼ਰੂਰ ਕਰਾਓ। ਹੈਲੋ, ਹਾਂਜੀ ਹਾਂਜੀ, ਮੀਨਾ ਜੀ ਤੁਸੀਂ ਆਵਾਜ਼ ਸੁਣਦੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ ਮੀਨਾ ਜੀ ਤੁਸੀਂ ਹੋ? ਮੈਂ ਕਿਹਾ ਜੀ ਇੱਦਾਂ ਹੈਗਾ, ਤੁਹਾਨੂੰ ਰਿਕੁਐਸਟ ਕਰੂੰਗੀ ਜਿਹੜੀ ਟੀਵੀ ਦੀ ਆਵਾਜ਼ ਥੋੜ੍ਹੀ ਹੌਲੀ ਜਿਹੀ ਕਰ ਲਓ ਮੀਨਾ ਜੀ, ਫਿਰ ਗੁਲਾਬਾਂ ਨਾਲ ਗੱਲਾਂ ਕਰ ਲਓ। ਸਤਿ ਸ਼੍ਰੀ ਅਕਾਲ, ਹਾਏ ਮੈਂ ਮਰ ਜਾ, ਕਿੰਨੀ ਪਿਆਰੀ ਸਤਿ ਸ਼੍ਰੀ ਅਕਾਲ, ਮਿੱਠੀ ਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਅੱਛਾ ਇੱਦਾਂ ਆ, ਆ ਜਿਹੜੀ ਟੀਵੀ ਦੀ ਆਵਾਜ਼ ਤੁਸੀਂ ਹੌਲੀ ਕਰ ਲਓ, ਤਾਂਹੀਓ ਅਸੀਂ ਗੱਲਾਂ ਕਰ ਸਕਾਂਗੇ ਨਾ। ਤੋ ਕਰ ਦਿੰਦੇ ਜੀ। ਹਾਂਜੀ ਹਾਂਜੀ, ਕਰੋ ਜੀ ਗੱਲਬਾਤ, ਕਰੋ ਜੀ। ਮੈਂ ਕਿਹਾ ਜੀ ਕਿਵੇਂ ਆ ਫਿਰ ਸੁੱਖ ਸਾਂ ਦਾ ਘਰੇ? ਹਾਂਜੀ ਚੱਲਦਾ ਘਰੇ? ਕੁਛ ਨਹੀਂ ਚੱਲਦਾ ਪਿਆ, ਗੁਲਾਬੋ ਦੇ ਨਾਲ ਗੱਲਾਂ ਤਾਂ ਕਰਦੇ ਪਿਓ ਨਾ। ਹਾਂਜੀ, ਅੱਛਾ ਮਤਲਬ ਇਹ ਆਪਾਂ ਗੱਲ ਕਰਦੇ ਆ ਤੁਹਾਡੇ ਦੋਵਾਂ ਦੇ ਨਾਲ ਗੱਲਬਾਤ ਕਰਦੇ ਆ, ਬਹੁਤ ਚੰਗਾ ਲੱਗ ਰਿਹਾ ਜੀ। ਮੀਨਾ ਵੀ ਬਹੁਤ ਸੋਹਣੀ ਸੋਹਣੀ ਆਵਾਜ਼, ਮਿੱਠੀ ਜਿਹੀ ਆਵਾਜ਼ ਹੈ। ਪਰ ਮੈਨੂੰ ਦੱਸੋ ਤੁਹਾਡੇ ਉੱਥੇ ਦਾ ਮੌਸਮ ਕਿਵੇਂ ਆ? ਇੱਥੇ ਮੌਸਮ ਅਸੀਂ ਸਿਆਟਲ ਤੋਂ ਬੋਲ ਰਹੇ ਹਾਂ, ਮੌਸਮ ਵਧੀਆ, ਮੀਂਹ ਪੈ ਰਿਹਾ ਜੀ। ਅੱਛਾ ਵਧੀਆ, ਇੱਧਰ ਵੀ ਮੀਂਹ ਪੈਣ ਦਿਆ, ਬੱਦਲ ਐਂ ਬਣੇ ਪਿਆ, ਮੀਂਹ ਪਈ ਜਾਂਦਾ ਪਿਆ। ਮੈਨੂੰ ਤੁਸੀਂ ਦੱਸੋ, ਅਭੀ ਅੱਜ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ, ਮਸ਼ੀਨੀ ਯੁੱਗ ਹੋ ਗਿਆ, ਮਸ਼ੀਨਾਂ ਦੇ ਨਾਲ ਸਾਰੇ ਕੰਮ ਚੱਲੀ ਜਾਂਦੇ ਨੇ, ਵੀ ਸਿਹਤਾਂ ਉਹ ਚੰਗੀਆਂ ਕਿੱਥੇ ਰਹਿ ਗਈਆਂ ਨੇ ਜਦ ਹੱਥ ਦੇ ਨਾਲ ਕੰਮ ਹੀ ਨਹੀਂ ਕਰਨਾ? ਤੁਹਾਡਾ ਕੀ ਇਸ ਬਾਰੇ ਕਹਿਣਾ ਆ? ਹਾਂਜੀ ਮੈਂ ਕਿਹਾ ਜੀ ਫਿਰ ਦੁਬਾਰਾ ਸੁਣਾ ਦੇਣੀ, ਮੈਂ ਕਹਿ ਰਹੀ ਹਾਂ ਵੀ ਇਹੋ ਜਿਹੜੇ ਕੰਮ ਹੁੰਦੇ ਹੈਗੇ ਆ, ਅਸੀਂ ਹੱਥਾਂ ਦੇ ਨਾਲ ਕਰੀਏ ਤਾਂ ਵਧੀਆ ਰਹਿੰਦੇ ਆ ਕਿ ਮਸ਼ੀਨ ਦੇ ਨਾਲ ਜ਼ਿਆਦਾ ਚੰਗੇ ਆ? ਨਹੀਂ ਜੀ, ਮਸ਼ੀਨ ਨਾਲ ਕਰਨੇ ਵਾਲੇ ਵਧੀਆ। ਅੱਛਾ ਬੜੇ ਵਧੀਆ, ਮਤਲਬ ਆਸਾਨ ਹੁੰਦੇ ਆ, ਬਟਨ ਦਬਾਇਆ ਤੇ ਸਿੱਧਾ ਕੰਮ ਹੋ ਗਿਆ। ਨਹੀਂ ਜੀ, ਮਸ਼ੀਨ ਨਾਲ ਵਧੀਆ ਰਹਿੰਦੇ ਆ ਕਿਉਂਕਿ ਆਪਣੇ ਵੈਕਿਊਮ ਕਲੀਨਰ ਨਹੀਂ, ਚਲੋ ਬਈ ਝਾੜੂ ਦੇ ਨਾਲ ਹੱਡੰਡਾ ਲਾ ਲਓ ਤੇ ਪੋਚਾ ਲਾਓ ਤੇ ਏਦਾਂ ਕਰ ਲਓ, ਹਨਾ ਬਈ। ਚਲੋ ਕੋਈ ਨਾ, ਵੀ ਏਦਾਂ ਆ ਵੀ ਘਰ ਦੇ ਵਿੱਚ ਵਧੀਆ ਰਹਿਣਾ ਚਾਹੀਦਾ, ਮਾਹੌਲ ਚੰਗਾ ਹੋਣਾ ਚਾਹੀਦਾ, ਤੇ ਇਧਰੋਂ ਤੇ ਚੰਗਾ ਬਹੁਤ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ, ਬਹੁਤ ਬਹੁਤ ਧੰਨਵਾਦ। ਸੋ ਜੀ ਹਰ ਇੱਕ ਦੀ ਆਪਣੀ ਆਪਣੀ ਰਾਏ ਹੁੰਦੀ, ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ। ਵੈਸੇ ਗੱਲ ਤਾਂ ਹੈਗੀ ਵੀ ਥੋੜ੍ਹਾ ਬਹੁਤ ਇਹ ਹੁੰਦਾ ਕਿ ਰਾਹਤ ਤਾਂ ਮਿਲ ਜਾਂਦੀ ਜਦੋਂ ਸਾਨੂੰ ਝਟਪਟ ਦੇ ਵਿੱਚ ਕੰਮ ਚਾਹੀਦਾ, ਉਦੋਂ ਮਸ਼ੀਨਾਂ ਦਾ ਵੀ ਸਹਾਰਾ ਲੈ ਸਕਦੇ। ਪਰ ਜੇ ਤਾਂ ਚੰਗੀਆਂ ਸੇਤਾਂ ਚਾਹੀਦੀਆਂ ਨੇ ਗੁਲਾਬੋ ਵਰਗੀਆਂ, ਜਾਂ ਵਧੀਆ ਚੰਗੀਆਂ ਸੇਤਾਂ ਹੋਰ ਚਾਹੀਦੀਆਂ ਨੇ, ਉਹਦੇ ਲਈ ਤਾਂ ਹੱਥੀਂ ਕੰਮ ਕਰਨਾ ਪੈਂਦਾ। ਜੇ ਸਾਡੇ ਕੋਲ ਕਾਲਰ ਹੈਗੇ ਤਾਂ ਉਹ ਵੀ ਦੱਸ ਸਕਦੇ, ਫੋਨ ਉੱਤੇ ਹੈਗੇ ਸਾਡੇ ਨਾਲ ਕੋਈ ਫਿਰ? ਹੈਲੋ, ਹੈਲੋ, ਅੱਛਾ ਜੀ, ਹੈਲੋ, ਸਤਿ ਸ਼੍ਰੀ ਅਕਾਲ। ਮੈਨੂੰ ਦੱਸੋ ਘਰ ਦਾ ਕੰਮ ਕਰ ਲਿਆ ਫਿਰ? ਹੈਵ ਯੂ ਡਨ ਵਿਦ ਯੂਰ ਵਰਕ? ਅੱਛਾ ਘਰ ਦਾ ਕੰਮ ਕਰ ਲਿੱਤਾ, ਵਧੀਆ ਆ। ਅੱਛਾ ਮੈਨੂੰ ਦੱਸੋ ਤੁਹਾਨੂੰ ਘਰ ਦੇ ਵਿੱਚ ਜਦੋਂ ਟਾਈਮ ਸਾਰਨਾ ਹੁੰਦਾ, ਘਰ ਦਾ ਕੰਮ ਕਰਕੇ ਵਧੀਆ ਰਹਿੰਦਾ ਹੈ? ਵੈਸੇ ਉੱਦਾਂ ਤੁਸੀਂ ਕੁਝ ਵੀ ਉੱਦਾਂ ਟੀਵੀ ਦੇਖ ਕੇ ਕਿਵੇਂ ਤੁਹਾਨੂੰ ਘਰ ਦਾ ਕੰਮ ਜਿਹੜਾ ਹੈਗਾ ਕਰਦੇ ਕਰਦੇ ਤੁਹਾਨੂੰ ਪਸੰਦ ਹੈਗਾ ਵੀ ਵਧੀਆ, ਹੁਣ ਮੈਨੂੰ ਵਧੀਆ ਲੱਗਦਾ ਆਹ ਚੀਜ਼ ਹੋ ਰਹੇ ਅਤੇ ਨਾਲ ਨਾਲ ਘਰ ਦਾ ਕੰਮ ਕਰ ਲੈਣੇ? ਵੈਸੇ ਘਰ ਦਾ ਕੰਮ ਕਰ ਲੈਂਦੇ ਤੁਸੀਂ?
ਹਾਂ ਜੀ ਮੈਂ ਕਰ ਲੈਣੀ ਆ। ਅੱਛਾ ਬਹੁਤ ਚੰਗਾ ਲੱਗਾ ਸੁਣ ਕੇ। ਤੇ ਫਿਰ ਆ ਦੱਸੋ ਵੀ ਤੁਹਾਨੂੰ ਮਸ਼ੀਨਾਂ ਦੇ ਨਾਲ ਕੰਮ ਦਾ ਘਰ ਦਾ ਕੰਮ ਕਰਨਾ ਪਸੰਦ ਹੈਗਾ ਜਾਂ ਫਿਰ ਹੱਥ ਹੀ ਕਰਦੇ ਹੋ? ਮੈਂ ਹੱਥ ਨਾਲ ਹੀ ਕਰਨੀ ਆ। ਹਾਏ ਕਿੰਨਾ ਚੰਗਾ ਲੱਗਾ ਨਾ ਸੁਣ ਕੇ ਵੀ ਆਪਣਾ ਆਪਣਾ ਹੁੰਦਾ ਵਧੀਆ ਹੁੰਦਾ। ਹੁਣ ਸਾਨੂੰ ਫਿਰ ਜੇ ਆਪਾਂ ਹੱਥੀ ਕੰਮ ਕਰਾਂਗੇ ਸਾਨੂੰ ਜਿੰਮਾਂ ਦੇ ਵਿੱਚ ਜਾਣ ਦੀ ਕੀ ਲੋੜ? ਕੀ ਗੱਲ ਸੱਚ ਹੈ ਕਿ ਨਹੀਂ ਸੱਚ ਆ? ਹਾਂਜੀ ਸੱਚ ਆ। ਬਹੁਤ ਵਧੀਆ ਆ। ਅੱਛਾ ਮੈਨੂੰ ਦੱਸੋ ਤੁਸੀਂ ਹੋਰ ਭਲਾ ਕੀ ਕਰਦੇ ਹੋ? ਮੈਂ ਸਟੱਡੀ ਕਰਨੀ ਆ ਮੈਂ ਹਾਈ ਸਕੂਲ ਵਿੱਚ। ਅੱਛਾ ਸਟੱਡੀ ਵੀ ਕਰਦੇ ਹੋ ਤੇ ਘਰ ਦੇ ਕੰਮ ਵੀ ਨਾਲ ਨਾਲ ਕਰ ਲੈਂਦੇ ਹੋ? ਹਾਂਜੀ। ਹਾਏ ਬੜਾ ਵਧੀਆ ਆ। ਅੱਛਾ ਟਿਊਸ਼ਨ ਟਿਊਸ਼ਨ ਰੱਖੀ ਆ ਕਿ ਆਪੇ ਪੜ੍ਹ ਲੈਂਦੇ ਹੋ? ਨਹੀਂ ਅਸੀਂ ਆਪੇ ਪੜ੍ਹ ਲੈਂਦੇ ਆ। ਆਪ ਹੀ ਪੜ੍ਹ ਲੈਂਦੇ? ਬੜੇ ਸਿਆਣੇ ਹੋ, ਸਮਝਦਾਰ ਵੀ ਹੋ ਤੇ ਸਿਆਣੇ ਵੀ ਹੋ। ਹਾਂਜੀ ਬਹੁਤ ਚੰਗਾ ਲੱਗਾ। ਅੱਛਾ ਮੈਨੂੰ ਦੱਸੋ ਤੁਹਾਡੀ ਕੀ ਰਾਏ ਹੈਗੀ ਹੈ, ਜਿੰਨਾ ਮਸ਼ੀਨਾਂ ਦੇ ਨਾਲ ਕੰਮ ਕਾਰ ਹੋ ਗਿਆ ਜਿੰਨਾ ਸਾਨੂੰ ਸੁੱਖ ਆ, ਭਲਾ ਉਹਦੇ ਨਾਲ ਨਾਲ ਸਾਡੀ ਸਿਹਤਾਂ ਵਿੱਚ ਵੀ ਤਾਂ ਫਰਕ ਪੈਂਦਾ ਨਾ? ਕਿੰਨਾ ਕਿੰਨਾ ਆਲਸ ਹੋ ਜਾਂਦਾ, ਬਸ ਮੰਜੇ 'ਤੇ ਪੈ ਜਾਓ, ਬੈੱਡ 'ਤੇ ਪੈ ਜਾਓ, ਆ ਇੱਧਰ ਉਹਦੀ ਆਪੇ ਕਰ ਲੈਣਾ ਨਾ। ਹਾਂਜੀ ਹੈ ਨਾ। ਹਾਂਜੀ ਬਿਲਕੁਲ ਜੀ, ਬਹੁਤ ਚੰਗਾ ਲੱਗਾ। ਹਾਂਜੀ ਘਰ ਦਾ ਕੰਮ ਹੱਥ ਨਾਲ ਕਰਨਾ ਪੜਦਾ ਵੀ ਫਿਰ ਨਾਲ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਹੈ। ਬਿਲਕੁਲ ਜੀ, ਐਕਸਰਸਾਈਜ਼ ਚੰਗੀ ਹੋ ਜਾਂਦੀ ਹੈ ਤੇ ਇਧਰੋਂ ਦੀ ਫਿਰ। ਹੁਣ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ ਜੀ, ਫਿਰ ਥੈਂਕ ਯੂ ਕਹਿੰਦੇ ਆ। ਓਕੇ ਥੈਂਕ ਯੂ। ਸੋ ਜੀ ਆਓ ਸਾਡੇ ਇੱਕ ਹੋਰ ਕਾਲਰ ਦੇ ਨਾਲ ਜਾਣਦੇ ਆ ਭਲਾ ਉਹਨਾਂ ਨੂੰ ਕਿਵੇਂ ਹੱਥ ਨਾਲ ਕੰਮ ਕਰਨਾ ਚੰਗਾ ਲੱਗਦਾ ਆ। ਹੈਲੋ ਹੈਲੋ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਗੁੱਡ ਨੇਮ ਕੀ ਆ? ਮੇਰਾ ਨਾਮ ਸਿਮਰ ਕੌਰ ਸੰਧੂ ਆ। ਸਿਮਰ ਕੌਰ ਸੰਧੂ, ਹਾਂ ਨਵਾਂ ਪ੍ਰੋਗਰਾਮ ਦੇਖਦੀ ਆ। ਅੱਛਾ ਅੱਛਾ, ਗੁਲਾਬੋ ਨੂੰ ਵੇਖਦੇ ਹੋ ਫਿਰ? ਕਿਵੇਂ ਦਾ ਚੰਗਾ ਲੱਗਦਾ ਵੀ ਅੱਜ ਗੁਲਾਬੋ ਨੇ ਸਾਰਾ ਘਰ ਦਾ ਕੰਮ ਕੀਤਾ? ਬਈ ਗੁਲਾਬੋ ਦੀ ਤਾਂ ਤਾਰੀਫਾਂ ਹੋ ਜਾਣੀ, ਵੈਸੇ ਅੱਜ ਨਹੀਂ ਕਰਦੀ, ਸਾਰਾ ਹਮੇਸ਼ਾ ਕਰਦੀ ਰਹਿੰਦੀ ਹਾਂ। ਹਾਂਜੀ ਅੱਛਾ, ਤੁਹਾਨੂੰ ਦੱਸੋ ਕਿਵੇਂ ਲੱਗਣ ਦਿਆ ਗੁਲਾਬੋ ਦੀਦੀ, ਚੰਗੀ ਲੱਗਦੀ ਆ? ਹਾਂਜੀ ਬਸ ਬਈ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ ਜਦੋਂ ਤੁਸੀਂ ਫੋਨ ਕਰਦੇ ਹੋ। ਤੁਸੀਂ ਕੀ ਕਰਦੇ ਹੋ? ਅੱਛਾ ਜੀ ਬਾਏ ਬਾਏ, ਟੇਕ ਕੇਅਰ। ਵੀ ਜਦੋਂ ਸਾਨੂੰ ਫੋਨ ਆਉਂਦੇ ਆ ਇੱਦਾਂ ਬਈ ਬਹੁਤ ਚੰਗਾ ਲੱਗਦਾ ਆ। ਸਾਡੇ ਇੱਕ ਹੋਰ ਕਾਲਰ ਤੋਂ ਜਾਣਦੇ ਆ ਉਹਨਾਂ ਦਾ ਕੀ ਕਹਿਣਾ ਆ। ਹੈਲੋ, ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਸੁੱਖੀ ਪੁੱਤ, ਇੱਕ ਤਾਂ ਤੁਸੀਂ ਬਹੁਤ ਵਧੀਆ ਸ਼ੋਅ ਕਰਦੇ ਆ ਤੇ ਇੱਕ ਅੱਜ ਤੁਸੀਂ ਸਾਨੂੰ ਸ਼ਿਕਵਾ, ਤੁਸੀਂ ਇਕੱਲੇ ਆ ਗਏ, ਤੁਸੀਂ ਲਿਆ ਹੀ ਨਹੀਂ ਆਪਣਾ ਬਾਪੂ ਜੀ ਮਹਿਮਾਨ ਕੋਈ? ਅੱਛਾ ਮੈਂ ਤੁਹਾਨੂੰ ਦੱਸਦੀ ਹਾਂ, ਬਾਪੂ ਨੂੰ ਨਾ ਬਾਹਰ ਦੇ ਕੰਮ ਬਥੇਰੇ ਰਹਿੰਦੇ ਆ ਤੇ ਬਾਪੂ ਜਦੋਂ ਘਰੇ ਆਉਂਦੇ ਆ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਅੱਛਾ ਮੈਨੂੰ ਤੁਸੀਂ ਆਹ ਦੱਸੋ ਫਿਰ ਤੁਹਾਡਾ ਅੱਜ ਦੇ ਸਾਡੇ ਆਹ ਜਿਹੜਾ ਹੈਗਾ ਗੱਲਬਾਤ ਕਰਦੇ ਪਏ ਸੀ, ਸਾਡਾ ਵਿਸ਼ਾ ਆ ਕਿ ਕੱਪੜੇ ਜਿਹੜੇ ਆ ਹੱਥ ਨਾਲ ਧੋ ਰਹੇ ਆ, ਸਾਰਾ ਘਰ ਦਾ ਕੰਮ ਹੱਥ ਨਾਲ ਕਰਦੇ ਆ, ਵਧੀਆ ਰਹਿੰਦਾ ਕਿ ਮਸ਼ੀਨਾਂ ਨਾਲ? ਇਹ ਵਧੀਆ ਜੀ, ਮਸ਼ੀਨਾਂ ਨੇ ਧੋਣੇ ਪੈਣੇ ਆ, ਤਾਂ ਹੁਣ ਹੱਥਾਂ ਨਾਲ ਕੌਣ ਧੋਂਦਾ ਜੀ? ਨਾ ਨਾ ਗੁਲਾਬੋ ਧੋਂਦੀ, ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਧੋਂਦੀਆਂ, ਸਗੋਂ ਚੰਗੀਆਂ ਸਿਹਤਾਂ ਰਹਿੰਦੀਆਂ। ਤੁਹਾਡੇ ਧੋਦੇ ਹੋਣੇ ਇੰਡੀਆ 'ਚ, ਇੱਥੇ ਤਾਂ ਮਸ਼ੀਨਾਂ ਨਾਲ ਧੋ ਕੇ ਵੀ ਨਹੀਂ ਖੁਸ਼ ਹੋਏ, ਤਾਂ ਕਹਿੰਦੇ ਬੰਦਿਆਂ ਨੂੰ ਧੋ ਦਿਓ, ਤੁਸੀਂ ਬੰਦਿਆਂ ਨੂੰ ਕਹਿੰਦੇ ਤੁਸੀਂ ਧੋ ਦਿਓ, ਮਸ਼ੀਨਾਂ ਨਾਲ ਹੱਥ ਨੂੰ ਧੋਦੇ ਹੁੰਦੇ ਕੁੜੀਆਂ ਦੀਆਂ। ਅੱਛਾ ਇਹ ਗੱਲ ਹੋ ਗਈ ਆ। ਹਾਂਜੀ ਹਾਂਜੀ, ਮੈਂ ਤਾਂ ਮਹਾਂ ਵਿਸ਼ਕਾਰ ਸੁਰ ਕੇ ਕੰਮ ਕਰਾਈ ਦੇ ਜੀ, ਇੱਥੇ ਤਾਂ ਔਖਾ। ਅੱਛਾ ਜੀ ਅੱਛਾ, ਚਲੋ ਕੋਈ ਨਾ। ਜਿਹੜਾ ਬੱਚੇ ਸੁੱਖੀ ਪੈਰ ਸੁੱਖੀ ਪੁੱਤ, ਬੱਚੇ ਗੱਲ ਕਰਨ ਨੂੰ ਚਾਹੁੰਦੇ ਆ, ਕਹਿੰਦੇ ਸਾਨੂੰ ਪਾਠ ਸੁਣਾਉਣਾ ਅਸੀਂ। ਮੈਂ ਕਿਹਾ ਜੀ ਜਲਦੀ ਦੇ ਨਾਲ ਸਾਡੇ ਕੋਲ ਸੁਣਾਉਣਾ ਗੁਰੂ ਮੰਤਰ ਜਿਹੜਾ, ਸਾਨੂੰ ਜਲਦੀ ਦੇ ਨਾਲ ਸੁਣਾ ਲਓ, ਤਾਂ ਹੀ ਫਿਰ ਉਸ ਦੇ ਨਾਲ ਅਸੀਂ ਜ਼ਿਆਦਾ ਤੌਰ ਤੇ ਲਗਾਂਗੇ ਫਤਿਹ ਗੁਰ ਫਤਿਹ ਸਿੰਘ ਸੁਣਾਉਣਾ। ਜੀ ਜੀ, ਸਾਡੇ ਕੋਲ ਥੋੜਾ ਜਿਹਾ ਸਮਾਂ ਹੈਗਾ ਤੇ ਜਲਦੀ ਦੇ ਨਾਲ ਗੁਰੂ ਮੰਤਰ ਹੋ ਜੇ। ਹਾਂਜੀ ਫਤਿਹ ਜੀ, ਆ ਪੂਰੇ ਹੱਥ ਨਾਲ ਗੱਲ ਸੁਣਾ ਦਿਓ ਜੀ, ਫਿਰ ਸਾਡੇ ਕੋਲ ਸਮਾਂ ਜਿਹੜਾ ਬਹੁਤ ਥੋੜਾ ਜਿਹਾ ਰਹਿ ਗਿਆ ਆ, ਸੁਣਾ ਦਿਓ ਏਕ ਅੰਕਾਰ। ਹਾਂਜੀ ਹਾਂਜੀ ਸੁਣਾਓ ਜੀ ਫਤਿਹ ਜੀ, ਜਲਦੀ ਦੇ ਨਾਲ, ਦੇਖੋ ਘੜੀ ਟਿਕ 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 ਕਰਨ ਲੱਗ ਪਈ ਆ, ਸੁਣਾ ਦੋ ਫੇ ਫਤਿਹ ਜੀ। ਆਂਟੀ ਵਾਹਿਗੁਰੂ 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 ਤੇ ਗੁਰੂ ਮੰਤਰ। ਚਲੋ ਠੀਕ ਹੈ ਜੀ, ਵਾਹਿਗੁਰੂ ਵਾਹਿਗੁਰੂ, ਬਹੁਤ ਚੰਗਾ ਲੱਗਾ ਜੀ। ਅੱਜ ਫਿਰ ਆਪਣੇ ਸ਼ੋਅ ਦੀ ਜਿਹੜੀ ਹੈਗੀ ਐਂਡਿੰਗ ਗੁਲਾਬੋ ਤੁਹਾਡੇ ਨਾਲ ਵਾਹਿਗੁਰੂ ਕਹਿੰਦੀ ਹੋਈ ਕਹਿੰਦੀ ਹੈ ਤੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।